हेलो स्टूडेंट्स सत श्री अकाल टू एवरीवन बच्चों आज ये जो सेशन है इसकी जो शुरुआत है करने लग गया मैं थोड़ा हिचकिराया सी जब मैं थोनू हेलो स्टूडेंट्स कहा ओदा एक कारण एहे है कि जो स्टूडेंट्स ने ठीक है क्योंकि इस आज दी वीडियो दे जो मैक्सिमम स्टूडेंट्स ने ओ खुद टीचर ने एंड मेनू लगदा है बहुत सारे जो साल तो ओ पंजाब स्कूल शिक्षा बोर्ड अंडर या जो अलग-अलग स्कीमा ने उन्ना तहत है ਜੋ ਪੰਜਾਬ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹੋਣੇ ਤਾਂ ਬੱਚਿਓ ਕਿਉਂਕਿ ਅ ਅੱਜ ਦਾ ਜੋ ਪੇਪਰ ਹੈ ਤੁਸੀਂ ਆਈ ਹੋਪਸੋ ਸਮਝ ਗਏ ਹੋਵੋਗੇ ਮੈਂ ਕਿਸ ਪੇਪਰ ਦੀ ਗੱਲ ਕਰ ਰਿਹਾ ਇਹ ਜੋ ਪੇਪਰ ਹੈ 6 ਦਸੰਬਰ ਨੂੰ ਹੋਇਆ ਸੀ ਠੀਕ ਹੈ ਐਂਡ ਇਹ ਜੋ ਪੇਪਰ ਹੈ ਜਿਹਦੀ ਮੈਂ ਗੱਲ ਕਰ ਰਿਹਾ ਹਾਂ ਜੋ ਪ੍ਰਿੰਸੀਪਲ ਬਲੌਕ ਐਜੂਕੇਸ਼ਨ ਪ੍ਰਾਇਮਰੀ ਆਫੀਸਰ ਜਾਂ ਫਿਰ ਜੋ ਹੈਡਮਾਸਟਰ ਦੀਆਂ 85 ਪੋਸਟਾਂ ਸੀ ਉਹਨਾਂ ਦੀ ਮੈਂ ਗੱਲ ਕਰ ਰਿਹਾ ਤੇ ਅੱਜ ਮੈਂ ਜੋ ਉਸ ਦੀ ਜੋ ਜੀਕੇ ਵਾਲਾ ਜੋ ਪਾਰਟ ਹੈ ਬੱਚਿਓ ਉਹ ਡਿਸਕਸ ਕਰਾਂਗਾ ਤੇ ਮੈਂ ਸਿਰਫ ਤੁਹਾਨੂੰ অপਸ਼ਨਸ ਨਹੀਂ ਦੱਸਨੇ ਕਿ ਇਸ ਕੁਐਸਚਨ ਦਾ ਆਨਸਰ A ਹੈ ਕਿ B ਹੈ C ਹੈ ਜਾਂ D ਠੀਕ ਹੈ ਕਿਉਂਕਿ ਸクセਸ ਟ੍ਰੀ ਹਮੇਸ਼ਾ ਬਲੀਵ ਕਰਦਾ ਹੈ ਕੁਆਲਟੀ এডਿਕੇਸ਼ਨ ਦੇ ਵਿੱਚ ਤਾਂ ਹਰ ਇੱਕ ਜੋ ਕੁਐਸਚਨ ਹੈ ਤੁਹਾਨੂੰ ਪੂਰਾ ਸਮਝਾਇਆ ਜਾਏਗਾ ਤਾਂਕਿ ਅੱਗੇ ਜਿੰਨੇ ਵੀ ਐਗਜ਼ਾਮਸ ਹੋਣਗੇ ਪੰਜਾਬ ਦੇ ਯੂ نو ਉਹਦੇ ਲਈ ਤੁਸੀਂ ਪ੍ਰਪੇਅਰ ਕਰ ਸਕੋ ਠੀਕ ਹੈ ਚਾਹੇ ਉਹ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਐਗਜ਼ਾਮਸ ਨੇ ਕਿਉਂਕਿ ਬਹੁਤ ਹੀ ਵਧੀਆ ਕੁਆਲਟੀ ਦੇ ਜੋ ਕੁਐਸਚਨਸ ਨੇ ਪੀਪੀਐਸਸੀ ਨੇ ਇਸ ਦੇ ਵਿੱਚ ਪਾਈ ਸੀ ਠੀਕ ਹੈ ਮੈਂ ਕਹਿ ਸਕਦਾ ਹਾਂ ਕੁਝ ਕੁਐਸਚਨਸ ਥੋੜੇ ਟਫ ਵੀ ਸੀ ਲੇਕਿਨ ਬਹੁਤ ਵਧੀਆ ਕੁਆਲਿਟੀ ਦੇ ਕੁਐਸਚਨ ਸੀ ਜਿਨ੍ਹਾਂ ਨੂੰ ਅਸੀਂ ਅੱਜ ਡਿਸਕਸ ਕਰਾਂਗੇ ਤਾਂ ਬੱਚੋ ਮੈਂ ਸਟਾਰਟ ਕਰਦਾ ਹਾਂ ਅੱਜ ਦਾ ਜੋ ਸੈਸ਼ਨ ਹੈ ਇਸ ਦਾ ਜੋ ਪਹਿਲਾ ਜੋ ਪ੍ਰਸ਼ਨ ਹੈ ਠੀਕ ਹੈ ਪਹਿਲਾ ਜੋ ਪ੍ਰਸ਼ਨ ਹੈ ਕਿ ਜੋ ਸਿੱਧ ਗੋਸ਼ਟ ਹੈ ਸਿੱਧ ਗੋਸ਼ਟ ਹੈ ਇਹ ਜੋ ਰਚਨਾ ਹੈ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ ਠੀਕ ਹੈ ਸਿੱਧ ਗੋਸ਼ਟ ਤਾਂ ਬੱਚੋ ਇੱਥੇ ਇਹਦੇ ਆਪਸ਼ਨ ਸੀ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਤਾਂ ਮੈਨੂੰ ਲੱਗਦਾ ਹੈ ਜਿਨ੍ਹਾਂ ਨੇ ਬੱਚੋ ਤਿਆਰੀ ਕੀਤੀ ਹੈ ਉਹ ਬੜਾ ਈਜ਼ੀਲੀ ਦੱਸ ਸਕਦੇ ਨੇ ਇਸ ਦੀ ਜੋ ਇਹ ਜੋ ਰਚਨਾ ਹੈ ਇਹ ਪਹਿਲੇ ਪਾਤਸ਼ਾਹ ਬਾਬਾ ਨਾਨਕ ਜੀ ਦੀ ਹੈ ਠੀਕ ਹੈ ਤਾਂ ਜਿਨ੍ਹਾਂ ਦੀ ਜੋ ਬਹੁਤ ਸਾਰੀਆਂ ਰਚਨਾਵਾਂ ਸਨ ਜਿਨ੍ਹਾਂ ਦੇ ਵਿੱਚੋਂ ਜਪਜੀ ਸਾਹਿਬ ਵੀ ਜੋ ਬਹੁਤ ਇੰਪੋਰਟੈਂਟ ਹੈ ਜੋ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਆਈ ਹੈ ਠੀਕ ਹੈ ਸਿੱਧ ਗੋਸ਼ਟ ਗੁਰੂ ਨਾਨਕ ਦੇਵ ਜੀ ਠੀਕ ਹੈ ਦੂਜਾ ਜੋ ਪ੍ਰਸ਼ਨ ਹੈ ਸਾਡੇ ਕੋਲ ਉਹ ਹੈ ਕਿ ਵਿਚ ਯੂਨੀਅਨ ਮਿਨਿਸਟਰੀ ਹੈਜ਼ ਲਾਂਚਡ ਦਾ ਟਾਪਸ ਜੂਨੀਅਰ ਸਕੀਮ ਠੀਕ ਹੈ ਤਾਂ ਟਾਪਸ ਜੂਨੀਅਰ ਸਕੀਮ ਹੈ ਜੋ ਟਾਪਸ ਜੂਨੀਅਰ ਸਕੀਮ ਹੈ ਕਿਸ ਮਿਨਿਸਟਰੀ ਨੇ ਲਾਂਚ ਕੀਤੀ ਹੈ ਤਾਂ ਬੱਚੋ ਸਾਨੂੰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜਿਹੜੀਆਂ ਵੀ ਇਸ ਤਰ੍ਹਾਂ ਦੀਆਂ ਟਰਮਸ ਨੇ ਜੇ ਸਾਨੂੰ ਉਸ ਦਾ ਫੁੱਲ ਫਾਰਮ ਪਤਾ ਹੋਵੇ ਤਾਂ ਅਸੀਂ ਆਨਸਰਸ ਬੜੇ ਈਜ਼ੀਲੀ ਦੇ ਸਕਦੇ ਹਾਂ ਜਿਵੇਂ ਕਿ ਜੇ ਮੈਂ ਗੱਲ ਕਰਾਂ ਟੌਪਸ ਦੀ ਗੱਲ ਕਰਾਂ ਟੌਪਸ ਦਾ ਜੋ ਫੁੱਲ ਫਾਰਮ ਹੈ ਉਹ ਹੈ ਟਾਰਗੇਟ 올림픽 ਆਡੀਅਮ ਸਕੀ ਠੀਕ ਹੈ ਤਾਂ ਇਹ ਜੋ ਹੈ ਟਾਰਗੇਟ 올림픽 ਪੋਡੀਅਮ ਸਕੀਮ ਠੀਕ ਹੈ ਜਿੱਦੋ ਕਾਫੀ ਹੱਦ ਤੱਕ ਕਲੀਅਰ ਹੋ ਜਾਂਦਾ ਹੈ ਕਿ ਇਹ ਜੋ ਸਕੀਮ ਹੈ ਠੀਕ ਹੈ 올림픽ਸ ਨਾਲ ਜੁੜੀ ਹੋਈ ਹੈ ਖੇਡਾਂ ਨਾਲ ਜੁੜੀ ਹੋਈ ਹੈ ਜਿੱਥੇ ਅਸੀਂ ਸਾਡਾ ਜੋ ਯੂਥ ਹੈ ਅਸੀਂ ਉਹਨੂੰ ਪੋਡੀਅਮ ਤੱਕ ਪਹੁੰਚਾਉਣਾ ਹੈ ਉਹ ਪੋਡੀਅਮ ਤੱਕ ਪਹੁੰਚਾਉਣਾ ਦਾ ਮਤਲਬ ਕਿ ਅਸੀਂ ਉਹਨਾਂ ਨੂੰ ਇਨ ਕਾਬਿਲ ਬਣਾਉਣਾ ਹੈ ਕਿ ਉਹ ਕੋਈ ਨਾ ਕੋਈ ਮੈਡਲ ਜੋ ਹੈ ਲੈ ਕੇ ਵਾਪਸ ਆ ਸਕਣ ਠੀਕ ਹੈ ਤਾਂ ਬੱਚੋ ਇਹ ਬੜਾ ਇੰਪੋਰਟੈਂਟ ਸਕੀਮ ਸੀ ਇਹ ਜੋ ਸਾਡੇ ਯੂਥ ਐਂਡ ਅਫੇਅਰ ਮਿਨਿਸਟਰ ਨੇ ਕਿਰਨ ਰਜੀਜੂ ਜੀ ਨੇ ਇਹ ਸਕੀਮ ਦਾ ਜੋ ਲਾਂਚ ਕੀਤਾ ਸੀ ਠੀਕ ਹੈ ਐਂਡ ਜਿਸ ਦਾ ਜੋ ਮੋਟਿਵ ਏਮ ਹੈ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹਾਂ ਤਾਂ ਇਹਦਾ ਆਨਸਰ ਬਿਲਕੁਲ ਕਲੀਅਰ ਹੈ ਯੂਥ ਅਫੇਅਰ ਐਂਡ ਸਪੋਰਟਸ ਮਿਨਿਸਟਰੀ ਹੈ ਠੀਕ ਹੈ ਬੱਚੋ ਅਗਲੇ ਪ੍ਰਸ਼ਨ ਤੇ ਜੀ ਚੱਲਦੇ ਹਾਂ ਆਪਾਂ ਅਗਲਾ ਪ੍ਰਸ਼ਨ ਹੈ ਚੈਂਪੀਅਨ ਸੀਜ਼ ਠੀਕ ਹੈ ਚੈਂਪੀਅਨ ਸੀਜ਼ ਇਹ ਇਸੇ ਤਰ੍ਹਾਂ ਦਾ ਹੀ ਇੱਕ ਟਰਮ ਹੈ ਠੀਕ ਹੈ ਜਿਵੇਂ ਅਸੀਂ ਗੱਲ ਕੀਤੀ ਸੀ कि टॉप्स का फुल फॉर्म क्या है ठीक है बच्चों चैंपियंस का जो फुल फॉर्म है एक काफ़ी व्डा है जिंकी मैं गल करा क्रिएशन एंड हारमोनीयस एप्लीकेशन ऑफ मॉडर्न प्रोसैसर फॉर इनक्रीजिंग द आउटपुट एंड नैशनल स्ट्रेंथ ये मैं लिखे इसलिए नहीं रहा क्योंकि इसका जो फुलफॉर्म है वह काफ़ी क्लीयर नहीं करता कि इसका आंसर की हो सकता है ठीक है बच्चों सूँ याद ही रखना पाएगा ठीक है तो यह जो चैंपियनस है ठीक है य एक स्कीम है ठीक है एक पोर्टल है जिथे गट ने कहा कि ਤੁਸੀਂ ਆਪਣੇ ਜੋ ਵੀ ਜੇ ਤੁਸੀਂ ਕਿਸੇ ਲਘੂ ਉਦਯੋਗ ਨਾਲ ਜੁੜੇ ਹੋਏ ਹੋ ਜੇ ਤੁਸੀਂ ਐਮਐਸਐਮਈ ਨਾਲ ਜੁੜੇ ਹੋਏ ਹੋ ਐਮਐਸਸੀ ਦਾ ਐਮਐਸਐਮਈ ਦਾ ਮਤਲਬ ਹੈ ਮਾਈਕਰੋ ਸਮਾਲ ਐਂਡ ਮਾਡਰਨ ਐਂਟਰਪ੍ਰਾਈਜ਼ ਜੇ ਤੁਸੀਂ ਉਹਦੇ ਨਾਲ ਜੁੜੇ ਹੋ ਤਾਂ ਉਹਦੇ ਨਾਲ ਤੁਸੀਂ ਕਿਸੇ ਵੀ ਕਿਸ ਤਰ੍ਹਾਂ ਦਾ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਕੰਮ ਕਰਨ ਦੇ ਵਿੱਚ ਗਵਰਨਮੈਂਟ ਤੋਂ ਲੋਨ ਲਾਈਨ ਦੇ ਵਿੱਚ ਤੁਸੀਂ ਆਪਣਾ ਜੋ ਪ੍ਰੋਬਲਮ ਹੈ ਤੁਸੀਂ ਉੱਥੇ ਲੈ ਕੇ ਆ ਸਕਦੇ ਹੋ ਇਸ ਪੋਰਟਲ ਤੇ ਲੈ ਕੇ ਆ ਸਕਦੇ ਹੋ ਜਿਹਦਾ ਜੋ ਨਾਮ ਗਵਰਨਮੈਂਟ ਨੇ ਰੱਖਿਆ ਹੈ ਉਹ ਰੱਖਿਆ ਹੈ ਚੈਂਪੀਅਨਸ ਠੀਕ ਹੈ ਤਾਂ ਬੱਚੋ ਇਹ ਦਾ ਇਹ ਜੋ ਹੈ ਇਹ ਜੋ ਐਮ ਐਸ ਐਮ ای ਇਹ ਜੋ ਸਾਡੀ ਫਾਈਨਾਂਸ ਮਿਨਿਸਟਰੀ ਦਾ ਇੱਕ ਇੱਕ ਤੁਸੀਂ ਕਹਿ ਸਕਦੇ ਹੋ ਇੱਕ ਇਨੀਸ਼ੀਏਟਿਵ ਸੀ ਜਿਹਦੇ ਵਿੱਚ ਐਮ ਐਸ ਐਮ ای ਇੰਡਸਟਰੀ ਦੇ ਨਾਲ ਜੁੜੇ ਜੋ ਲੋਕਾਂ ਨੂੰ ਯੂ نو ਉਹਨਾਂ ਨੂੰ ਕਨਸੀਡਰ ਕੀਤਾ ਗਿਆ ਉਹਨਾਂ ਦੀਆਂ ਪ੍ਰੋਬਲਮਸ ਨੂੰ ਕਨਸੀਡਰ ਕੀਤਾ ਗਿਆ ਠੀਕ ਹੈ ਤਾਂ ਤੁਹਾਨੂੰ ਪਤਾ ਹੋਏਗਾ ਸਾਡੀ ਜੋ ਫਾਈਨਾਂਸ ਮਿਨਿਸਟਰ ਨੇ ਸਾਡੀ ਜੋ ਵਿੱਤ ਮੰਤਰੀ ਨੇ ਉਹ ਉਹਨਾਂ ਦਾ ਨਾਮ ਹੈ ਨਿਰਮਲਾ ਸਿਧਾਰਮਨ ਠੀਕ ਹੈ ਤਾਂ ਬੱਚੇ ਇਹਦਾ ਜੋ ਆਨਸਰ ਹੈ ਉਹ ਏ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਰੀਸੈਂਟਲੀ ਸੈਟ ਅਪ नेशनल स्टार्टअप एडवाइजरी काउंसिल ਦੇ ਚੇਅਰਮੈਨ ਕੌਣ ਨੇ ਠੀਕ ਹੈ ਤਾਂ ਸਟਾਰਟਅਪ एडवाइजरी ਕੌਂਸਲ ਠੀਕ ਹੈ ਤਾਂ ਸਟਾਰਟਅਪ ਇਥੇ ਸ਼ਬਦ ਫੇਰ ਆ ਗਿਆ ਠੀਕ ਹੈ ਤਾਂ ਬੱਚੋ ਜੋ ਸਟਾਰਟਅਪ ਹੈ ਠੀਕ ਹੈ ਨਵੇਂ ਜੋ ਬਿਜ਼ਨਸ ਕਰਨਾ ਚਾਹੁੰਦੇ ਨੇ ਉਸ ਦੇ ਜੋ ਐਡਵਾਈਜ਼ਰੀ ਕੌਂਸਲ ਹੈ ਇਸ ਦੇ ਚੇਅਰਮੈਨ ਹਮੇਸ਼ਾ ਸਾਡੇ ਕਮਰਸ ਮਿਨਿਸਟਰ ਹੀ ਹੁੰਦੇ ਨੇ ਠੀਕ ਹੈ ਤਾਂ ਬੱਚੋ ਇਹਦਾ ਜੋ ਆਨਸਰ ਹੈ ਉਹ ਯੂਨੀਅਨ ਕਮਰਸ ਮਿਨਿਸਟਰ ਹੈ ਤੇ ਤੁਹਾਨੂੰ ਆਈ ਹੋਪ ਸੋ ਪਤਾ ਹੋਏਗਾ ਸਾਡੇ ਜੋ ਕਮਰਸ ਮਿਨਿਸਟਰ ਨੇ ਉਹ ਕੌਣ ਨੇ ਉਹਨਾਂ ਦਾ ਨਾਮ ਹੈ ਜੀ ਪਿਊਸ਼ ਗੋਇਲ ਜੋ ਸਾਡੇ ਕਮਰਸ ਮਿਨਿਸਟਰ ਹੋਣ ਦੇ ਨਾਲ-ਨਾਲ ਸਾਡੇ ਰੇਲਵੇ ਮਿਨਿਸਟਰ ਵੀ ਸਨ ਜੀ ਮੇਰੇ ਰੇਲਵੇ ਮਿਨਿਸਟਰ ਵੀ ਨੇ ਠੀਕ ਹੈ ਤਾਂ ਬੱਚੋ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਤਰਫ ਚੱਲਦੇ ਹਾਂ ਅਗਲਾ ਜੋ ਕੁਐਸਚਨ ਹੈ ਉਹ ਹੈ ਸੁਮਨ ਸਕੀਮ ਨਾਲ ਜੁੜਿਆ ਹੋਇਆ ਹੈ ਠੀਕ ਹੈ ਤਾਂ ਬੱਚੋ ਇਹ ਜੋ ਸੁਮਨ ਸਕੀਮ ਹੈ ਠੀਕ ਹੈ ਫਿਰ ਜੇ ਸਾਨੂੰ ਇਹਨਾਂ ਦੀ ਫੁੱਲ ਫਾਰਮ ਪਤਾ ਹੋਏਗੀ ਦੇਖੋ ਚੈਂਪੀਅਨ ਦਾ ਫੁੱਲ ਫਾਰਮ ਸੀ ਉਹ ਕਾਫੀ ਹੱਦ ਤੱਕ ਕਲੀਅਰ ਨਹੀਂ ਕਰਦਾ ਸੀ ਕਿ ਆਨਸਰ ਲੇਕਿਨ ਟੌਪਸ ਦਾ ਜਿਵੇਂ ਫੁੱਲ ਫਾਰਮ ਕਾਫੀ ਕਲੀਅਰ ਕਰਦਾ ਹੈ ਉਸੇ ਤਰ੍ਹਾਂ ਸੁਮਨ ਦਾ ਫੁੱਲ ਫਾਰਮ ਵੀ ਕਲੀਅਰ ਕਰ ਦੇਗਾ ਕਿ ਆਨਸਰ ਕੀ ਹੋਣਾ ਚਾਹੀਦਾ ਹੈ ਸੁਰਖਸ਼ਿਤ ਮਾਤ੍ਰਿਤਵ ਆਸਵਾਸ਼ਣ ਠੀਕ ਹੈ ਜੋ ਪ੍ਰੈਗਨੈਂਟ ਲੇਡੀਆਂ ਨੇ ਠੀਕ ਹੈ ਉਹਨਾਂ ਦੀ ਜੋ ਹੈਲਥ ਨੂੰ ਲੈ ਕੇ ਇੱਕ ਆਸਵਾਸ਼ਣ ਦੇਣ ਦੀ ਜੋ ਗੱਲ ਕਹੀ ਹੈ ਇਸ ਸਕੀਮ ਦੇ ਵਿੱਚ ਠੀਕ ਹੈ ਤਾਂ ਬੱਚੋ ਇਸ ਦਾ ਜੋ ਆਨਸਰ ਦੇਖਿਓ ਬੀ অপਸ਼ਨ ਟੂ ਰਿਡਿਊਸ ਮਟਰਨਲ ਐਂਡ ਇਨਫੈਂਟ ਮੋਰਟੈਲਿਟੀ ਰੇਟਸ ਇਨ ਦਾ ਕੰਟਰੀ ਇਹ ਜੋ ਮਟਰਨਲ ਤੇ ਇਨਫੈਂਟ ਮੋਰਟੈਲਿਟੀ ਦਾ ਮਤਲਬ ਹੁੰਦਾ ਹੈ ਕਿ ਹਜ਼ਾਰ ਔਰਤਾਂ ਪਿੱਛੇ ਮੈਡੀਕਲ ਫੈਸਿਲਿਟੀਆਂ ਦੇ ਅਪਹਾਵ ਨਾਲ ਕਿੰਨੀਆਂ ਜੋ ਮਹਿਲਾਵਾਂ ਦੀ ਡੈਥ ਹੋ ਜਾਂਦੀ ਹੈ ਐਂਡ ਬੱਚਿਆਂ ਦੀ ਕਿੰਨੀ ਡੈਥ ਹੋ ਜਾਂਦੀ ਹੈ 6 ਸਾਲ ਤੋਂ ਛੋਟੇ ਬੱਚਿਆਂ ਦੀ ਠੀਕ ਹੈ ਹਜ਼ਾਰ ਬੱਚਿਆਂ ਪਿੱਛੇ ਤਾਂ ਅਸੀਂ ਦੇਖਿਆ ਹੈ ਕਿ ਪਿਛਲੇ 20 30 ਸਾਲ ਦੇ ਵਿੱਚ ਇਸ ਦੀ ਜੋ ਗਿਣਤੀ ਹੈ ਇੰਡੀਆ ਦੇ ਵਿੱਚ ਕਾਫੀ ਘਟੀ ਹੈ ਲੇਕਿਨ ਸਾਡਾ ਏਮ ਹੈ ਕਿ ਇਸ ਨੂੰ ਅਸੀਂ ਜ਼ੀਰੋ ਤੇ ਲੈ ਕੇ ਆਉਣਾ ਹੈ ਤੁਸੀਂ ਦੇਖੋ ਬਾਕੀ ਆਪਸ਼ਨਸ ਕਿਸ ਨਾਲ ਜੁੜੇ ਨੇ ਜਿਵੇਂ ਕਿ ਰੀਹੈਬਿਲਿਟ ਐਸਿਡ ਅਟੈਕ ਵਿਕਟਿਮਸ ਸਕਾਲਰਸ਼ਿਪ ਹੈ ਔਮਨ ਇੰਪਾਵਰਮੈਂਟ ਹੈ ਤਾਂ ਸਾਨੂੰ ਜੇ ਇਸ ਦਾ ਫੁੱਲ ਫਾਰਮ ਪਤਾ ਹੈ ਤਾਂ इजीली ਅਸੀਂ ਦੱਸ ਸਕਦੇ ਹਾਂ ਕਿ ਮਹਿਲਾਵਾਂ ਦੀ जो प्रेगनेंसी दौरान जो मेडिकल फैसिलिटीज उन्होंने दी जा उस न जुड़ी जो है एक स्कीम है ठीक है फिर अगला प्रश्न देखते हैं बच्चों जॉय बिडन है जो ये फोर्टी सिक्स प्रेजिडेंट ने यू एस दिल्कुल ठीक है कमला हैरिस पहली जो महिला उतों की वाइस प्रेजिडेंट है यूएस ये भी बिल्कुल ठीक है जी तीजा इन्होंने कहा है कि जो डोनल्ड ट्रंप है इन्होंने जो पैरिस क्लाइमेट अकोड है उसनों एडवोकेट किया जी ठीक है ये गलत ऑप्शन है क्योंकि पैरिस कलाइमेट के ਜੋ ਡੋਨਲਡ 트ੰਪ ਨੇ ਕਿਹਾ ਸੀ ਕਿ ਜੋ ਵਿਕਾਸਸ਼ਿਤ ਦੇਸ਼ ਨੇ ਜੋ ਡਿਵੈਲਪਡ ਕੰਟਰੀਜ਼ ਨੇ ਉਹ ਡਿਵੈਲਪਿੰਗ ਕੰਟਰੀਜ਼ ਨੂੰ ਪੈਸਾ ਦੇਣਗੇ ਤਾਂ ਕਿ ਉਹ ਆਪਣਾ এনवायरमेंट ਨਾਲ ਜੁੜੇ ਜੋ ਕੰਮ ਨੇ ਉਹਨਾਂ ਨੂੰ ਤੇਜ਼ੀ ਨਾਲ ਕਰ ਸਕਣ ਤਾਂ ਡੋਨਲਡ 트ੰਪ ਨੇ ਇਸ ਤੋਂ ਆਪਣੇ ਆਪ ਨੂੰ ਆਪਣੇ ਕੰਟਰੀ ਨੂੰ ਅਲੱਗ ਕਰ ਲਿਆ ਸੀ ਤਾਂ ਅਸੀਂ ਦੱਸ ਸਕਦੇ ਹਾਂ ਕਿ ਕਿਹਤੀ ਜੌਬਸਨ ਗਲਤ ਹੈ ਤਾਂ ਅਸੀਂ ਦੇਖਾਂਗੇ ਬੀ ਆਪਸ਼ਨ ਜਿਹਦੇ ਵਿੱਚ ਦੱਸਿਆ ਗਿਆ ਓਨਲੀ 1 ਐਂਡ 2 ਬੱਚੋ ਠੀਕ ਹੈ ਤਾਂ 46 ਪ੍ਰੈਜ਼ੀਡੈਂਟ ਨੇ ਐਂਡ ਕਮਲਾ ਹੈਰਿਸ जो इंडियन ओरिजिन मदर एंड इस अमेरिकन की लड़की है ठीक है तो पहली महिला राष्ट्रपति है यूएस ठीक थी, है बच्चों अगला प्रश्न अं चलते हाँ अगला क्वेश्चन है पानिनी एंड पतंजलि ठीक है आर द आग नेम्स इन द लिटरेचरी हिस्टरी ऑफ एंशंट इंडिया इन्ह की जो इंपोर्टेंस है ये जो फ्लोरिश किस कार्यकाल के ठीक है तो बच्चों ज्यादातर बच्चों ने इसका जो आंसर है गुप्ता पीरियड लगाया होना ठीक है लेकिन ये आंसर गलत है ठीक है ਤਾਂ ਇਹ ਗੁਪਤਾ ਪੀਰੀਅਡ ਦੇ ਵਿੱਚ ਇਹਨਾਂ ਦੀ ਫਲੋਰਿਸ਼ਮੈਂਟ ਨਹੀਂ ਹੋਈ ਠੀਕ ਹੈ ਤਾਂ ਮੌਰੀਅਨਸ ਤੋਂ ਬਾਅਦ ਯੂ نو ਹਿੰਦੁਸਤਾਨ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਜੋ ਡਾਇਨਸਟੀ ਦਾ ਪ੍ਰਭਾਵ ਪਿਆ ਠੀਕ ਹੈ ਉਹ ਹੋਏ ਸੁੰਗਾਸ ਸੁੰਗਾ ਇਹ ਜੋ ਡਾਇਨਸਟੀ ਸੀ ਇਸ ਦੇ ਫਾਊਂਡਰ ਸੀ ਪੁਸ਼ਯ ਮਿੱਤਰਾ ਬੱਚੋ ਠੀਕ ਹੈ ਐਂਡ ਜੇ ਤੁਸੀਂ ਪੁਸ਼ਯ ਮਿੱਤਰਾ ਬਾਰੇ ਥੋੜਾ ਬਹੁਤ ਵੀ ਪੜਿਆ ਹੈ ਤਾਂ ਤੁਸੀਂ इजीली ਆਨਸਰ ਦੇ ਸਕਦੇ ਸੀ ਕਿ ਸੁੰਗਾ ਇਸ ਦਾ ਆਨਸਰ ਹੈ ਕਿਉਂਕਿ ਪੁਸ਼ਯ ਮਿੱਤਰ ਦਾ ਜੋ ਪ੍ਰੋਹਤ ਸੀ ਠੀਕ ਹੈ ਜੋ ਪ੍ਰੋਹਤ ਸੀ ਉਹ ਕੌਣ ਸੀ ਪਤੰਜਲੀ ਸੀ ਠੀਕ ਹੈ ਤਾਂ ਪਤੰਜਲੀ ਨੇ ਬਹੁਤ ਸਾਰੀਆਂ ਬੁੱਕਸ ਲਿਖੀਆਂ ਠੀਕ ਹੈ ਜਿਨ੍ਹਾਂ ਵਿੱਚੋਂ ਮਹਾਭਾਸ਼ਿਆ ਵੀ ਇੱਕ ਸੀ ਠੀਕ ਹੈ ਐਂਡ ਇਹ ਜੋ ਮਹਾਭਾਸ਼ਿਆ ਹੈ ਉਸੇ ਟਾਈਮ ਪੀਰੀਅਡ ਦੇ ਉੱਪਰ ਲਿਖੀ ਗਈ ਪਾਣਿਨੀ ਦੀ ਜੋ ਗ੍ਰਾਮਰ ਬੁੱਕ ਹੈ ਉਸੇ ਦੀ ਕਮੈਂਟਰੀ ਹੈ ਉਸੇ ਦੀ ਐਕਸਪਲੇਨੇਸ਼ਨ ਹੈ ਠੀਕ ਹੈ ਤਾਂ ਇਸ ਦਾ ਜੋ ਆਨਸਰ ਹੈ ਉਹ ਹੈ ਸੁੰਗੜ ਡਾਇਨੈਸਟੀ ਫਿਰ ਅਗਲਾ ਜੋ ਪ੍ਰਸ਼ਨ ਹੈ ਉਹ ਹੈ ਕਿ ਜੋ ਵਿਜੇਨਗਰ ਅੰਪਾਇਰ ਹੈ ਠੀਕ ਹੈ ਉਸ ਦੇ ਜੋ ਰਿਮੇਨਸ ਨੇ ਸਾਨੂੰ ਕਿੱਥੋਂ ਮਿਲੇ ਜੀ ਬੀਜਾਪੁਰ ਤੋਂ ਗੋਲਕੋਂਡਾ ਤੋਂ ਹੰਪੀ ਤੋਂ ਬੜੋਦਾ ਤੋਂ ਠੀਕ ਹੈ ਤਾਂ ਬੱਚੋ ਇਹ ਮੀਡੀਵਲ ਮੱਧਕਾਲੀਨ ਜੋ 파ਰਸੀ ਉਸ ਦੇ ਵਿੱਚ ਸਾਊਥ ਇੰਡੀਆ ਦਾ ਇੱਕ ਬਹੁਤ ਹੀ ਸਟਰੋਂਗ ਬਹੁਤ ਹੀ ਰਿਚ ਇੱਕ ਕਿੰਗਡਮ ਸੀ ਵਿਜੇਨਗਰ ਕਿੰਗਡਮ ਜਿਸ ਦਾ ਜੋ ਕੈਪੀਟਲ ਸੀ ਉਹ ਹੰਪੀ ਹੋਇਆ ਕਰਦੀ ਸੀ ਠੀਕ ਹੈ ਤਾਂ ਦੇਖੋ ਕੈਪੀਟਲ ਤੋਂ ਹੀ ਆਨਸਰ ਤਕਲੀਰ ਹੋ ਗਿਆ ਕਿ ਇਸ ਦੇ ਜੋ ਰਿਮੇਨਸ ਨੇ ਸਾਨੂੰ ਹੰਪੀ ਤੋਂ ਮਿਲੇ ਠੀਕ ਹੈ ਲੇਕਿਨ ਜੇ ਤੁਸੀਂ ਥੋੜਾ ਬਹੁਤ ਯੂ نو ਕਰੰਟ ਅਫੇਅਰ ਨਾਲ ਜੁੜੇ ਹੋਏ ਹੋ ਤਾਂ ਤੁਹਾਨੂੰ ਪਤਾ ਹੋਏਗਾ ਕਿ ਜੋ 50 ਰੁਪਏ ਦਾ ਨਵਾਂ ਨੋਟ ਹੈ ਜੋ ਗਵਰਨਮੈਂਟ ਨੇ ਇਸ਼ੂ ਕੀਤਾ ਹੈ ਉਸ ਦੇ ਉੱਪਰ ਇਹ ਜੋ ਵਿਜੇਨਗਰ ਕਿੰਗਡਮ ਹੰਪੀ ਦੀਆਂ ਹੀ ਜੋ ਸਟਰਕਚਰਸ ਨੇ ਠੀਕ ਹੈ ਉਹਨਾਂ ਨੂੰ ਦਰਸਾਇਆ ਗਿਆ ਹੈ ਠੀਕ ਹੈ 50 ਰੁਪੀਜ਼ ਨੋਟ ਠੀਕ ਹੈ ਇਹਦੇ ਨਾਲ ਨਾਲ ਜੋ ਵੀ ਨਵੇਂ ਨੋਟ ਨੇ 10 20 100 200 500 2000 ਉਹਨਾਂ ਦੇ ਉੱਪਰ ਕਿਸ-ਕਿਸ ਚੀਜ਼ ਦੀ ਪਿਕਚਰਾਈਜੇਸ਼ਨ ਹੈ ਤੁਸੀਂ इजीली ਉਹਨੂੰ ਦੇਖ ਕੇ ਨੋਟ ਕਰ ਸਕਦੇ ਹੋ ਠੀਕ ਹੈ ਫਿਰ ਬੱਚੋ ਅਗਲੇ ਕੁਐਸਚਨ ਦੀ ਤਰਫ ਚੱਲਦੇ ਹਾਂ ਅਗਲਾ ਕੁਐਸਚਨ ਹੈ ਰਾਉਂਡ ਟੇਬਲ ਕਾਨਫਰੰਸ ਨਾਲ ਜੁੜਿਆ ਕਿ ਇਹਨਾਂ ਦੇ ਵਿੱਚੋਂ ਕਿਸ ਪਰਸਨੈਲਿਟੀ ਨੇ ਤਿੰਨੋਂ ਰਾਉਂਡ ਟੇਬਲ ਕਾਨਫਰੰਸਾਂ ਉਹਨਾਂ ਨੂੰ ਅਟੈਂਡ ਕੀਤਾ ਠੀਕ ਹੈ ਤਾਂ ਬੱਚੋ ਤਿੰਨੇ ਰਾਉਂਡ ਟੇਬਲ ਕਾਨਫਰੰਸਾਂ ਨੂੰ ਅਟੈਂਡ ਕਰਨ ਵਾਲੇ ਸਨ ਬੀ ਆਰ ਅੰਬੇਦਕਰ ਜੀ ਠੀਕ ਹੈ ਤਾਂ ਇਹ ਜੋ ਰਾਉਂਡ ਟੇਬਲ ਕਾਨਫਰੰਸਾਂ ਹਨ ਠੀਕ ਹੈ ਤਾਂ ਇਹ ਪਹਿਲੀ ਰਾਉਂਡ ਟੇਬਲ ਕਾਨਫਰੰਸ ਹੋਈ 1930 ਦੇ ਵਿੱਚ ਦੂਜੀ ਹੋਈ 1931 ਦੇ ਵਿੱਚ ਤੀਜੀ ਹੋਈ 1932 ਦੇ ਵਿੱਚ ਠੀਕ ਹੈ ਤਾਂ ਬੱਚੋ ਇਹ ਜੋ ਰਾਉਂਡ ਟੇਬਲ ਕਾਨਫਰੰਸਾਂ ਹਨ ਠੀਕ ਹੈ ਤਾਂ ਬ੍ਰਿਟੇਨ ਦੇ ਵਿੱਚ ਲੰਡਨ ਦੇ ਵਿੱਚ ਹੋਈਆਂ ਸੀ ਠੀਕ ਹੈ ਐਂਡ ਇਸ ਦਾ ਜੋ ਮਕਸਦ ਸੀ ਕਿ ਜੋ ਸਾਈਮਨ ਕਮਿਸ਼ਨ ਨੇ 1928 ਦੇ ਵਿੱਚ ਜੋ ਹਿੰਦੁਸਤਾਨ ਦੇ ਵਿੱਚ ਆਇਆ ਸੀ ਉਸ ਨੇ ਭਾਰਤ ਦੇ ਸੰਵਿਧਾਨ ਲਈ ਜੋ-ਜੋ ਪ੍ਰਸਤਾਵ ਰੱਖੇ ਸੀ ਜੋ-ਜੋ ਬਦਲਾਅ ਕਰਨੇ ਚਾਹੇ ਸੀ ਠੀਕ ਹੈ ਜੋ ਇਹ ਰਿਪੋਰਟ ਉਸ ਨੇ ਦਿੱਤੀ ਸੀ ਉਸ ਨੂੰ ਬ੍ਰਿਟੇਨ ਦੀ ਜੋ ਗਵਰਨਮੈਂਟ ਹੈ ਭਾਰਤ ਦੀਆਂ ਪੋਲੀਟੀਕਲ ਪਾਰਟੀਆਂ ਨਾਲ ਮਿਲ ਕੇ ਡਿਸਕਸ ਕਰਕੇ ਲਾਗੂ ਕਰਨਾ ਚਾਹੁੰਦੀ ਸੀ ਤਾਂ ਜਿਸ ਦਾ ਕਿਉਂਕਿ ਸਾਇਮਨ ਕਮਿਸ਼ਨ ਦੀ ਹੀ ਇਥੋਂ ਦੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਸਨ ਕਿਉਂਕਿ ਇਸ ਕਮਿਸ਼ਨ ਦੇ ਵਿੱਚ ਕੋਈ ਵੀ ਭਾਰਤੀਆ ਨਹੀਂ ਸੀ ਤਾਂ ਇਸੇ ਕਰਕੇ ਚਾਹੇ ਮੁਸਲਿਮ ਲੀਗ ਸੀ ਚਾਹੇ ਕਾਂਗਰਸੀ ਸਭ ਨੇ ਇਸ ਦਾ ਵਿਰੋਧ ਕੀਤਾ ਲੇਕਿਨ ਗਾਂਧੀ ਜੀ ਦੂਜੀ ਜੋ ਕਾਨਫਰੈਂਸ ਦੇ ਵਿੱਚ ਜ਼ਰੂਰ ਗਏ 1931 ਦੇ ਵਿੱਚ ਜੋ ਹੋਈ ਠੀਕ ਹੈ ਜੇ ਤੁਹਾਨੂੰ ਕੁਐਸਚਨ ਆਉਂਦਾ ਹੈ ਕਿ ਗਾਂਧੀ ਜੀ ਨੇ ਜਾਂ ਕਾਂਗਰਸ ਨੇ ਕਿਹੜੀ ਕਾਨਫਰੈਂਸ ਅਟੈਂਡ ਕੀਤੀ ਦੂਜੀ ਠੀਕ ਹੈ ਲੇਕਿਨ ਤਿੰਨੋਂ ਕਾਨਫਰੈਂਸਸ ਜੋ ਹੈ ਅੰਬੇਦਕਰ ਜੀ ਨੇ ਹੀ ਅਟੈਂਡ ਕੀਤੀਆਂ ਠੀਕ ਹੈ ਤਾਂ ਅਗਲਾ ਪ੍ਰਸ਼ਨ ਵੀ ਉੱਥੋਂ ਹੀ ਹੈ ਬੱਚੋ ਕਿ 1932 ਦੇ ਵਿੱਚ 20 ਸਤੰਬਰ ਨੂੰ ਗਾਂਧੀ ਜੀ ਆਪਣੇ ਮਰਨੋਵ્રਤ ਤੇ ਬੈਠ ਗਏ ਯਾਰਵਾੜਾ ਜੇਲ੍ਹ ਦੇ ਵਿੱਚ ਜੋ ਕਿ ਪੂਨੇ ਦੇ ਵਿੱਚ ਹੈ ਉਹ ਕਿਸ ਚੀਜ਼ ਦੇ ਅਗੇਂਸਟ ਬੈਠੇ ਤਾਂ 1931 ਦੇ ਵਿੱਚ ਜਦੋਂ ਗਏ ਸੀ ਤਾਂ ਉਹਨਾਂ ਦੀਆਂ ਜੋ ਮੰਗਾਂ ਸੀ ਠੀਕ ਹੈ ਉਹ ਪੂਰੀਆਂ ਨਹੀਂ ਹੋਈਆਂ ਜੋ ਐਕਸਪੈਕਟੇਸ਼ਨ ਸੀ ਬ੍ਰਿਟਿਸ਼ ਗਵਰਨਮੈਂਟ ਤੋਂ ਐਂਡ ਉੱਪਰ ਜੋ ਬ੍ਰਿਟੇਨ ਦੀ ਗਵਰਨਮੈਂਟ ਸੀ ਉਹਨਾਂ ਦੇ ਜੋ ਪ੍ਰਾਈਮ ਮਿਨਿਸਟਰ ਸੀ ਰੈਂਬਸੇ ਤਾਂ ਉਹ ਚਾਹੁੰਦੇ ਸੀ ਕਿ ਭਾਰਤ ਦੇ ਵਿੱਚ ਹੈ ਇੱਕ ਸੀ ਕ੍ਰਿਮੀਨਲ ਅਵਾਰਡ ਲਾਂਚ ਕਰ ਦਈਏ ਜਿਹਦਾ ਮਤਲਬ ਸੀ ਕਿ ਜੋ ਇੱਕ ਰਿਜ਼ਰਵੇਸ਼ਨ ਦੇ ਦिए ਇਲੈਕਸ਼ਨ ਦੇ ਵਿੱਚ ਹਰ ਇੱਕ ਕਮਿਊਨਿਟੀ ਨੂੰ ਚਾਹੇ ਉਹ ਸਿੱਖ ਹੋਣ ਚਾਹੇ ਉਹ ਹਿੰਦੂ ਹੋਣ ਚਾਹੇ ਉਹ ਮਹਿਲਾਵਾਂ ਹੋਣ ਚਾਹੇ ਜੋ ਬੈਕਵਰਡ ਕਲਾਸਸ ਹੋਣ ਚਾਹੇ ਪਾਰਸੀ ਹੋਣ ਸਭ ਨੂੰ ਅਲੱਗ ਤੋਂ ਇੱਕ ਸੈਪਰੇਟ ਇਲੈਕਟੋਰੇਟ ਮਿਲ ਜੇ ਜੋ ਸਿਰਫ ਇਸ ਤੋਂ ਪਹਿਲਾਂ ਮੁਸਲਮਾਨਸ ਕੋਲ ਹੀ ਸੀ ਜੋ ਉਹਨਾਂ ਨੂੰ 1909 ਦੇ ਵਿੱਚ ਮਿਲਿਆ ਸੀ ਤਾਂ ਬੱਚਿਓ ਇਸ ਦੇ ਅਗੇਂਸਟ ਸੀ ਮਹਾਤਮਾ ਗਾਂਧੀ ਕਿਉਂਕਿ ਲੱਗਦਾ ਸੀ ਕਿ ਇਸ ਨਾਲ ਸਾਡੀ ਜੋ ਜੋ ਹਾਰਮੋਨੀ ਹੈ ਜੋ ਕਮਿਊਨਲ ਹਾਰਮੋਨੀ ਹੈ ਠੀਕ ਹੈ ਉਹ بگੜ ਜਾਏਗੀ ਤਾਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਸੀ ਇਸੇ ਕਰਕੇ ਉਹ

ਕਬੜੇ ਫੇਮਸ ਜੋ ਹੈ ਇੱਕ ਪਲੇ ਰਾਈਟਰ ਰਹੇ ਨੇ ਐਂਡ ਇੱਕ ਹੋਰ ਜੋ ਇਹਨਾਂ ਦਾ ਪਲੇ ਹੈ ਜੋ ਕਾਫੀ ਬਾਰ ਐਗਜ਼ਾਮਸ ਦੇ ਵਿੱਚ ਆਇਆ ਹੈ ਬੱਚੋ ਭਾਰਤ ਦੁਰਦਸ਼ਾ ਭਾਰਤ ਦੁਰਦਸ਼ਾ ਠੀਕ ਹੈ ਤਾਂ ਉਹ ਆਇਆ ਹੋਇਆ ਹੈ ਠੀਕ ਹੈ ਫਿਰ ਉਸ ਤੋਂ ਬਾਅਦ 79th ਕੁਐਸਚਨ ਦੇਖੀਏ ਸੀ ਕਿ ਵੈਨ ਕਾਂਗਰਸ ਲੀਡਰਸ ਕੰਡਮਡ ਦਾ ਮੋਂਟੈਗੂ ਚੈਲਮਸਫੋਰਡ ਰਿਪੋਰਟ ਠੀਕ ਹੈ ਤਾਂ ਇਹ ਰਿਪੋਰਟ ਹੈ ਬੱਚੋ 1919 ਦੇ ਵਿੱਚ ਆਈ ਠੀਕ ਹੈ ਇਹ ਜੋ ਮੋਂਟੈਗੂ ਚੈਲਮਸਫੋਰਡ ਐਕਟ ਜਦੋਂ ਲਾਗੂ ਹੋਇਆ का मैनी मोडरेट द पार्टी टू फॉर्म द ठीक है बहुत सारे जो मॉडरेट लीडर्स ने Congress, पार्टी छड़ती कांग्रेस एंड एक नवी पार्टी बनाई ठीक है एंड नवी जो पार्टी है ठीक है जो बनाई उसका नाम रखा इंड इंडिपेंडेंस फैडरेशन ऑफ इंडिया एंड इसके जो संस्थापक सन सं, उन्हों का नाम है जी सुरेंद्र नाथ बैनरजी सुरेंद्र नाथ बैनर्जी एंड ये जो सुरेंद्र नाथ बैनर्जी ने इंडिपेंडेंस फैडरेशन ऑफ इंडिया बनाई एंड इन्ह तेज बहादुर श्री श्रीनिवासन शास्त्री एंड एम आर जयकर वर्गे भी लीडरस इन्होंने ठीक है तो इसका जो सही आंसर है इंडिपेंडेंस फैडरेशन ऑफ इंडिया है बच्चों ठीक है फिर अगला क्वेश्चन है कि भी फरवरी उन्नीस सौ संताली ठीक है जो प्राइम मिनिस्टर उस टाइम पीरियड सेटली यूके उन्होंने अनाउंस किया कि जो ब्रिटिश गवर्नमेंट है ठीक है जो इस तारीख तो पहला है इंडिया छड़ के चली जाएगी तो उन्होंने की तारीख है ਜੋ ਡਿਸਾਈਡ ਕੀਤੀ ਸੀ ਠੀਕ ਹੈ ਬੱਚੋ ਛੱਡ ਕੇ ਕਦੋਂ ਗਏ ਇਹ ਸਾਨੂੰ ਪਤਾ ਹੈ 15 ਅਗਸਤ 1947 ਨੂੰ ਐਂਡ ਉਸ ਵਕਤ ਵੀ ਜੋ ਜੋ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਨ ਉਹ ਐਟਲੀ ਹੀ ਸਨ ਤਾਂ ਇਹ ਕੁਐਸਚਨ ਬਹੁਤ ਵਾਰ ਆਇਆ ਹੈ ਲੇਕਿਨ ਉਹਨਾਂ ਨੇ ਡਿਸਾਈਡ ਕੀਤਾ ਸੀ ਇਸ ਤੋਂ ਪਹਿਲਾਂ ਕਿ ਉਹ ਜੂਨ 1948 ਤੋਂ ਪਹਿਲਾਂ ਜਾਣਗੇ ਲੇਕਿਨ ਦੰਗਿਆਂ ਇੰਨੇ ਜ਼ਿਆਦਾ ਵੱਧ ਗਏ ਸਨ ਇੰਡੀਆ ਦੇ ਵਿੱਚ ਠੀਕ ਹੈ ਸਪੈਸ਼ਲੀ ਜੋ ਸਾਡਾ ਪੰਜਾਬ ਦੇ ਵਿੱਚ ਤੇ ਬੰਗਾਲ ਦੇ ਵਿੱਚ ਕਿ ਇਹ ਜੋ ਸਥਿਤੀ ਹੈ ਉਹਨਾਂ ਨੇ ਇਸ ਨੂੰ ਸੰਭਾਲਣ ਦੀ ਬਜਾਏ ਇੱਥੋਂ ਨਿਕਲਣਾ ਹੀ ਬੈਟਰ ਸਮਝਿਆ ਐਂਡ ਇੱਥੋਂ ਉਹ ਅਗਸਟ 1947 ਦੇ ਵਿੱਚੋਂ ਹੀ ਚਲੇਗੇ ਠੀਕ ਹੈ ਤਾਂ ਬੱਚੋ ਇਸ ਦਾ ਆਨਸਰ ਹੈ ਜੂਨ 1948 ਠੀਕ ਹੈ ਫਿਰ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਇਹ ਕੁਝ ਨਿਊਜ਼ਪੇਪਰ ਦਸੇ ਨੇ ਐਂਡ ਉਸ ਨਿਊਜ਼ਪੇਪਰ ਦੇ ਜੋ ਫਾਊਂਡਰ ਸਨ ਠੀਕ ਹੈ ਤਾਂ ਇਹਨਾਂ ਨੇ ਪੁੱਛਿਆ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਜੋ ਪੇਅਰ ਹੈ ਠੀਕ ਹੈ ਉਹ ਗਲਤ ਹੈ ਠੀਕ ਹੈ ਦਾ ਨਿਊਜ਼ਪੇਪਰ ਦੈਟ ਹੈਵ ਬੀਨ ਦਾ ਮਾਊਥਪੀਸ ਆਫ ਡਿਫਰੈਂਟ ਨੈਸ਼ਨਿਸਟਸ ਆਰ ਪੇਡ ਹੇਅਰ ਵਿਦ ਦਾ ਫਾਊਂਡਰ ਤਾਂ ਇਸ ਦੇ ਵਿੱਚੋਂ ਫੋਰ ਦਾ ਕਰੈਕਟ ਸਟੇਟਮੈਂਟ ਦੱਸਣੀ ਹੈ ਕਿਹੜੀ ਹੈ ਜੀ ਠੀਕ ਹੈ ਤਾਂ ਅਸੀਂ ਦੇਖੇ ਨਿਊ ਇੰਡੀਆ ਕਾਮਨਵੈਲਥ ਐਨੀ ਬਸੰਤ ਠੀਕ ਹੈ ਤਾਂ ਐਨੀ ਬਸੰਤ ਦਾ ਹੀ ਇਹ ਨਿਊਜ਼ਪੇਪਰ ਸੀ ਐਨੀ ਬਸੰਤ ਬੜੀ ਹੀ ਮਸ਼ਹੂਰ ਇੰਡੀਅਨ ਫ੍ਰੀडम फाइਟਰ ਸੀ ਜੋ ਆਇਰਲੈਂਡ ਤੋਂ ਇੰਡੀਆ ਆਈ ਐਂਡ ਇਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਾਂਗਰਸ ਦੇ ਵਿੱਚ 1917 ਦੇ ਵਿੱਚ ਇਹ ਭਾਰਤੀ ਕਾਂਗਰਸ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵੀ ਪਹਿਲੀ ਮਹਿਲਾ ਪ੍ਰੈਜ਼ੀਡੈਂਟ ਵੀ ਬਣੀ ਸੀ ਠੀਕ ਹੈ ਫਿਰ ਬੱਚੋ ਕਾਮਰੇਡ مولانا ਮੁਹੰਮਦ ਅਲੀ ਬਿਲਕੁਲ ਠੀਕ ਸੰਜੀਵਨੀ ਕੇਕੇ ਮਿਸ਼ਰਾ ਐਂਡ ਵੈਨ ਗੁਆਰਡ ਆਫ ਇੰਡੀਆ ਇੰਡੀਪੈਂਡੈਂਸ ਅ ਐਂਡਰੋਇਡ ਠੀਕ ਹੈ ਤਾਂ ਬੱਚੋ ਇਹ ਸਾਰੇ ਦੇ ਸਾਰੇ ਹੀ ਠੀਕ ਨੇ ਠੀਕ ਹੈ ਤਾਂ ਇਹ ਤੁਸੀਂ ਐਜ਼ ਇਟ ਇਜ਼ ਹੈ ਇਸ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਸੋਨੂੰ ਫੈਕਟਸ ਨੇ ਯਾਦ ਹੀ ਰੱਖਣੇ ਪੈਂਦੇ ਨੇ ਠੀਕ ਹੈ ਫਿਰ ਅਗਲਾ ਜੋ ਪ੍ਰਸ਼ਨ ਹੈ ਅਗਲੇ ਪ੍ਰਸ਼ਨ ਦੀ طرف ਚਲਦੇ ਹਾਂ ਅਗਲਾ ਪ੍ਰਸ਼ਨ ਹੈ ਬੱਚਿਓ ਕਿ ਕਿਹੜੇ ਸਾਲ ਦੇ ਵਿੱਚ ਪੰਜਾਬ ਦੇ ਵਿੱਚੋਂ ਪੰਜ ਡਿਸਟ੍ਰਿਕਟਸ ਤੇ ਟ੍ਰਾਈਬਲ ਏਰੀਆ ਨੂੰ ਕੱਢ ਕੇ ਇੱਕ ਨਵਾਂ ਜੋ ਹੈ ਸਟੇਟ ਬਣਾ ਦਿੱਤਾ ਗਿਆ ਸੀ ਜਿਸ ਨੂੰ ਨਾਮ ਦਿੱਤਾ ਗਿਆ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਠੀਕ ਹੈ ਤਾਂ ਬੱਚਿਓ ਨਾਰਥ Province, वेस्ट फ्रंटियर प्रोविंस ਜਿਸ ਦੀਆਂ ਕੀ ਇੰਟਰਨੈਸ਼ਨਲ ਬਾਉਂਡਰੀਆਂ ਅੱਜ ਅਫਗਾਨਿਸਤਾਨ ਦੇ ਨਾਲ ਵੀ ਲੱਗਦੀਆਂ ਨੇ ਠੀਕ ਹੈ ਤਾਂ ਬੱਚੋ ਇਹ ਅੰਗਰੇਜ਼ਾਂ ਨੇ ਕੀਤਾ ਸੀ ਠੀਕ ਹੈ ਪੰਜਾਬ ਦੇ ਇਸ ਹਿੱਸੇ ਨੂੰ ਪੰਜਾਬ ਦੇ ਪੰਜ ਜ਼ਿਲ੍ਹਿਆਂ ਨੂੰ ਅਲੱਗ ਕਰਕੇ ਠੀਕ ਹੈ ਇਸ ਨਾਰਥ-ਵੈਸਟ ਜੋ ਫਰੰਟਰ ਪ੍ਰੋਵਿੰਸ ਬਣਾ ਦਿੱਤਾ ਗਿਆ ਸੀ ਠੀਕ ਹੈ ਤਾਂ ਅੱਜ ਇਹ ਜੋ ਮੇਨ ਪੰਜ ਸੂਬੇ ਨੇ ਪਾਕਿਸਤਾਨ ਦੇ ਜਿਵੇਂ ਆਪਣੇ ਇੰਡੀਆ ਦੇ 28 ਸੂਬੇ ਨੇ ਉਵੇਂ ਪਾਕਿਸਤਾਨ ਦੇ ਜੋ ਪੰਜ ਸੂਬਿਆਂ ਦੇ ਵਿੱਚੋਂ ਇੱਕ ਸੂਬਾ ਹੈ ਜਿਸ ਦੀ ਬਾਉਂਡਰੀਜ਼ ਕਿਸ ਨਾਲ ਮਿਲਦੀਆਂ ਨੇ ਅਫਗਾਨਿਸਤਾਨ ਦੇ ਵਿੱਚ ਐਂਡ ਇੱਥੇ ਮੈਂ ਦੱਸਦਾ ਕਿ 2010 ਦੇ ਵਿੱਚ ਇਸ ਦਾ ਨਾਮ ਵੀ ਚੇਂਜ ਕਰ ਦਿੱਤਾ ਗਿਆ ਹੈ ਇਸ ਦਾ ਜੋ ਨਵਾਂ ਨਾਮ ਹੈ ਉਹ ਹੈ ਖਾਈਬਰ ਪਖਤੂਤ ਵਾਲਾ ਠੀਕ ਹੈ ਖਾਈਬਰ ਪਖਤੂਤ ਵਾਲਾ ਠੀਕ ਹੈ ਇਹਦਾ ਜੋ ਨਵਾਂ ਨਾਮ ਹੈ 2010 ਦੇ ਵਿੱਚ ਪਿਆ ਹੈ ਠੀਕ ਹੈ ਫਿਰ ਅਗਲਾ ਪ੍ਰਸ਼ਨ ਬੱਚੋ ਕਿ 1940 ਦੇ ਵਿੱਚ ਜੋ ਵਿਨੋਦਾ ਭਾਵੇ ਨੇ ਆਪਣਾ ਜੋ ਇੰਡੀਵਿਜੂਅਲ ਸत्याग्रह ਹੈ ਕਿੱਥੋਂ ਸ਼ੁਰੂ ਕੀਤਾ ਠੀਕ ਹੈ ਆ ਬੱਚੋ ਇਸ ਦੀ ਜੋ ਸ਼ੁਰੂਆਤ ਹੈ ਕੁਐਸਚਨ ਦੀ ਮੈਂ 1939 ਤੋਂ ਕਰਾਂਗਾ ਜਦੋਂ ਦੂਸਰਾ ਜੋ ਵਿਸ਼ਵ ਵਿਯੁੱਧ ਹੈ ਉਸ ਦੀ ਸ਼ੁਰੂਆਤ ਹੋ ਗਈ ਸੀ ਤਾਂ ਉਸ ਦੇ ਵਿੱਚ ਜੋ ਬ੍ਰਿਟੇਨ ਚਾਹੁੰਦਾ ਸੀ ਬ੍ਰਿਟਿਸ਼ ਗਵਰਨਮੈਂਟ ਚਾਹੁੰਦੀ ਸੀ ਕਿ ਜੋ ਭਾਰਤੀ ਕਾਂਗਰਸ ਹੈ ਭਾਰਤ ਦੇ ਲੋਕ ਨੇ ਸਾਥ ਦੇਣ ਲੇਕਿਨ ਕਾਂਗਰਸ ਪਾਰਟੀ ਨੇ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ ਠੀਕ ਹੈ ਲੇਕਿਨ ਅਸੀਂ ਯੂ نو ਉਹਨਾਂ ਦੇ ਵਿਰੋਧ ਦੇ ਵਿੱਚ ਵੀ ਨਹੀਂ ਜਾ ਰਹੀ ਸੀ ਪਾਰਟੀ ਨਾ ਉਹਨਾਂ ਦੇ ਫੇਵਰ ਦੇ ਵਿੱਚ ਜਾ ਰਹੀ ਸੀ ਠੀਕ ਹੈ ਲੇਕਿਨ 1940 ਦੇ ਵਿੱਚ ਅੰਗਰੇਜ਼ਾਂ ਨੇ ਉਸ ਟਾਈਮ ਪੀਰੀਅਡ ਦੇ ਜੋ ਵਾਇਸ ਰాయ ਸੀ ਉਹਨਾਂ ਦਾ ਨਾਮ ਸੀ ਲਿਨ ਲਿਥਗੋ ਲਿਨ ਲਿਥਗੋ ਤਾਂ ਇਹਨਾਂ ਨੇ ਇੱਕ ਆਫਰ ਦਿੱਤਾ ਕਾਂਗਰਸ ਪਾਰਟੀ ਨੂੰ ਜਿਸ ਨੂੰ ਅਸੀਂ ਅਗਸਤ ਆਫਰ ਬੋਲਦੇ ਹਾਂ ਜਿਹਦੇ ਵਿੱਚ ਕਿਹਾ ਗਿਆ ਕਿ ਜੇ ਅਸੀਂ ਇਹ ਵਿਸ਼ਵ ਯੁੱਧ ਜੇ ਤੁਸੀਂ ਸਾਡਾ ਸਾਥ ਦਿਨੇ ਹੋ ਤਾਂ ਇਸ ਤੋਂ ਬਾਅਦ ਤੁਹਾਨੂੰ ਅਸੀਂ ਡੋਮੀਨੀਅਨ ਸਟੇਟਸ ਵੀ ਦੇ ਦਾਂਗੇ ਡੋਮੀਨੀਅਨ ਸਟੇਟਸ ਦਾ ਮਤਲਬ ਹੁੰਦਾ ਹੈ ਕਿ ਅਸੀਂ ਕਾਫੀ ਜੋ ਪਾਵਰਸ ਨੇ ਅਸੀਂ ਤੁਹਾਨੂੰ ਦੇ ਦਾਂਗੇ ਐਕਸੈਪਟ ਡਿਫੈਂਸ ਪਾਵਰ ਤੇ ਫੋਰਨ ਪੋਲਿਸੀ ਪਾਵਰ ਐਂਡ ਅਸੀਂ ਤੁਹਾਨੂੰ ਤੁਹਾਡੀ ਜੋ ਜੋ ਸਾਡੀ ਜੋ ਐਗਜ਼ੀਕਿਊਟਿਵ ਕੌਂਸਲ ਹੈ ਜੋ ਵਾਇਸਰਾਏ ਦੀ ਉਸ ਦੇ ਵਿੱਚ ਥੋੜੇ ਮੈਂਬਰਸ ਵੀ ਵਧਾ ਦਾਂਗੇ ਠੀਕ ਹੈ ਲੇਕਿਨ ਗਾਂਧੀ ਜੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਠੀਕ ਹੈ ਐਂਡ ਲੋਕਾਂ ਨੂੰ ਇੰਡੀਵਿਜੂਅਲ ਸਤਿਆਗ੍ਰਹਿ ਕਰਨ ਲਈ ਪ੍ਰੇਰਿਤ ਕੀਤਾ ਠੀਕ ਹੈ ਜਿਸ ਨੂੰ ਸਭ ਤੋਂ ਪਹਿਲਾਂ ਜੋ ਅਪਣਾਇਓ ਵਿਨੋਦਾ ਭਾਵੇ ਜੀ ਨੇ ਅਪਣਾਇਆ ਠੀਕ ਹੈ ਪਵਨਾਰ ਦੇ ਵਿੱਚ ਮਹਾਰਾਸ਼ਟਰਾ ਦੇ ਵਿੱਚ ਵਰਧਾ ਦੇ ਕੋਲ ਇਹ ਇੱਕ ਜਗ੍ਹਾ ਹੈ ਪਵਨਾਰ ਉੱਥੋਂ ਇਹਨਾਂ ਨੇ ਵਿਨੋਦਾ ਭਾਵਾ ਜੀ ਨੇ ਸਟਾਰਟ ਕੀਤਾ ਠੀਕ ਹੈ ਤਾਂ ਬਹੁਤ بڑے ਗਾਂਧੀਹਨ ਸਨ ਵਿਨੋਦਾ ਭਾਵੇ ਐਂਡ ਪਵਨਾਰ ਦੇ ਵਿੱਚੋਂ ਇਹਨਾਂ ਨੇ ਆਪਣਾ ਇੰਡੀਵਿਜੂਅਲ ਸਤਿਆਗ੍ਰਹਿ ਸ਼ੁਰੂਆਤ ਕੀਤੀ ਠੀਕ ਹੈ ਤਾਂ ਫਿਰ ਅਗਲਾ ਜੋ ਕੁਐਸਚਨ ਹੈ ਬੱਚੋ ਉਹ ਹੈ ਕਿ ਵਿਚ ਯੂਨਿਟ ਆਫ ਵੈਲਿਊਏਸ਼ਨ ਇਜ਼ ਨੋਨ ਐਸ ਪੇਪਰ ਗੋਲਡ ਠੀਕ ਹੈ ਤਾਂ ਬੱਚੋ ਪੇਪਰ ਗੋਲਡ ਕਿਹਨੂੰ ਬੋਲਦੇ ਨੇ ਠੀਕ ਹੈ ਇਹ ਐਜ਼ ਇਟ ਇਜ਼ ਅਸੀਂ ਯਾਦ ਕਰਾਂਗੇ ਠੀਕ ਹੈ ਇਹ ਅਸੀਂ ਬੋਲਦੇ ਹਾਂ ਐਸ ਡੀ ਆਰ ਨੂੰ ਠੀਕ ਹੈ ਸਪੈਸ਼ਲ ਡਰਾਇੰਗ ਰਾਈਟ ਠੀਕ ਹੈ ਤਾਂ ਬੱਚੋ ਸਪੈਸ਼ਲ ਡਰਾਇੰਗ ਰਾਈਟ ਕੀ ਹੁੰਦੇ ਨੇ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਫੋਰਨ ਰਿਜ਼ਰਵ ਦੀ ਡੈਫੀਸ਼ੀਐਂਸੀ ਆ ਜਾਏ ਠੀਕ ਹੈ ਤਾਂ ਫੋਰਨ ਰਿਜ਼ਰਵ ਦਾ ਮਤਲਬ ਹੁੰਦਾ ਹੈ ਵਿਦੇਸ਼ੀ ਮੁਦਰਾ ਠੀਕ ਹੈ ਤਾਂ ਜੋ ਮੁਦਰਾ ਮਾ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਚਲਦੀਆਂ ਨੇ ਜਿਵੇਂ ਕਿ ਅਮਰੀਕਾ ਦਾ ਡਾਲਰ ਹੈ ਦੁਨੀਆ ਦੀ 80% ਜੋ ਬਿਜ਼ਨਸ ਹੈ ਉਹ ਯੂ ਐਸ ਡਾਲਰ ਦੇ ਵਿੱਚ ਹੁੰਦਾ ਹੈ ਤਾਂ ਕਿਸੇ ਵੀ ਦੇਸ਼ ਦੇ ਕੋਲ ਅਗਰ ਉਸ ਦੀ ਜੋ ਅਵੇਲੇਬਿਲਿਟੀ ਨਾ ਹੋਵੇ ਠੀਕ ਹੈ ਤਾਂ ਕਿਉਂਕਿ ਦੇਖੋ ਐਕਸਪੋਰਟ ਇੰਪੋਰਟ ਉਸੇ ਦੇ ਵਿੱਚ ਹੋਣਾ ਹੈ ਠੀਕ ਹੈ ਤਾਂ ਉਹ ਦੇਸ਼ ਆਈ ਐਮ ਐਫ ਤੋਂ ਠੀਕ ਹੈ ਜੋ ਇੰਟਰਨੈਸ਼ਨਲ ਮੋਨਟਰੀ ਫੰਡ ਵਾਸ਼ਿੰਗਟਨ ਦੇ ਵਿੱਚ ਸਥਿਤ ਹੈ ਉਸ ਤੋਂ ਲੋਨ ਲੈ ਸਕਦਾ ਹੈ ਠੀਕ ਹੈ ਲੇਕਿਨ ਉਹ ਕਿੰਨਾ ਲੋਨ ਲੈ ਸਕਦਾ ਹੈ ਉਹ ਉਹਨਾ ਹੀ ਲੋਨ ਲੈ ਸਕਦਾ ਹੈ ਜਿੰਨਾ ਉਸ ਦਾ ਆਈ ਐਮ ਐਫ ਦੇ ਵਿੱਚ ਹਿੱਸਾ ਹੈ ਠੀਕ ਹੈ ਤਾਂ ਇਸੇ ਨੂੰ ਅਸੀਂ ਕੀ ਬੋਲਦੇ ਹਾਂ ਸਪੈਸ਼ਲ ਡਰਾਇੰਗ ਰਾਈਟ ਠੀਕ ਹੈ ਜਿੰਨਾ ਕਿਸੇ ਦੇਸ਼ ਦਾ ਆਈ ਐਮ ਐਫ ਦੇ ਵਿੱਚ ਹਿੱਸਾ ਹੋਵੇ ਠੀਕ ਹੈ ਉਸੇ ਨੂੰ ਉਹਨਾ ਹੀ ਅਸੀਂ ਜੋ ਲੋਨ ਹੈ ਉਸ ਦੇ ਵਿੱਚੋਂ ਲੈ ਸਕਦੇ ਹਾਂ ਜਿਸ ਨੂੰ ਅਸੀਂ ਐਸ ਡੀ ਆਰ ਬੋਲਦੇ ਹਾਂ ਜਿਵੇਂ ਕਿ ਭਾਰਤ ਦਾ ਜੋ ਐਸ ਡੀ ਆਰ ਹੈ ਫਿਲਹਾਲ 2.6% ਹੈ ਠੀਕ ਹੈ ਬੱਚੋ ਵੈਸੇ ਇਹ ਸਿਰਫ ਭਾਰਤ ਦਾ ਨਹੀਂ ਠੀਕ ਹੈ ਭਾਰਤ ਤਿੰਨ ਹੋਰ ਛੋਟੇ ਕੰਟਰੀਜ਼ ਨੂੰ ਵੀ ਉੱਥੇ ਰਿਪਰੈਜ਼ੈਂਟ ਕਰਦਾ ਹੈ ਜਿਦੇ ਵਿੱਚੋਂ ਭੂਟਾਨ ਇੱਕ ਹੈ ਬੰਗਲਾਦੇਸ਼ ਤੇ ਸ਼੍ਰੀਲੰਕਾ ਦੋ ਤਿੰਨ ਇਹ ਜੋ ਕੰਟਰੀਜ਼ ਨੇ ਇਹਨਾਂ ਨੂੰ ਵੀ ਰਿਪਰੈਜ਼ੈਂਟ ਕਰਦਾ ਤੇ ਸਾਰਾ ਚਾਰੋਂ ਕੰਟਰੀਜ਼ ਦਾ ਮਿਲ ਕੇ 2.6% ਹੈ ਆਈਐਮਐਫ ਦੇ ਵਿੱਚ ਇਹ ਜੋ ਐਸਟੀਆਰ ਹੈ ਠੀਕ ਹੈ ਤਾਂ ਇਸੇ ਨੂੰ ਅਸੀਂ ਕੀ ਬੋਲਦੇ ਹਾਂ ਪੇਪਰ ਗੋਲਡ ਬੋਲ ਠੀਕ ਹੈ ਫੇਸ ਤੋਂ ਬਾਅਦ ਜੋ ਕੁਐਸਚਨ ਹੈ ਬੱਚੋ ਟੋਬਿੰਗ ਟੈਕਸ ਹੈ ਟੋਬਿੰਗ ਟੈਕਸ ਕੀ ਹੁੰਦਾ ਹੈ ਠੀਕ ਹੈ ਟੋਬਿੰਗ ਟੈਕਸ ਇਹ ਜੋ ਸ਼ਬਦ ਹੈ ਠੀਕ ਹੈ ਇਹ ਬੜੇ ਫੇਮਸ ਇਕਨੋਮਿਸਟ ਸਨ ਜਿਨ੍ਹਾਂ ਦਾ ਨਾਮ ਸੀ ਜੈਕਬ ਟੋਬਿਨ ਉਹਨਾਂ ਤੋਂ ਇਹ ਜੋ ਟਰਮ ਆਈ ਜੀ ਜੈਕਬ ਟੋਬਿਨ ਤੋਂ ਠੀਕ ਹੈ ਅ ਜੈਕਬ ਦੀ ਉਹਨਾਂ ਦਾ ਨਾਮ ਸੀ ਜੇਮਸ ਟੋਬਿਨ ਸੌਰੀ ਠੀਕ ਹੈ ਜੇਮਸ ਟੋਬਿਨ ਤਾਂ ਉਹਨਾਂ ਨੂੰ ਇਕਨੋਮਿਕਸ ਤੇ ਬਹੁਤ ਵੱਡੇ ਸਕਾਲਰ ਸਨ ਐਂਡ ਇਸੇ ਕਰਕੇ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਇਕਨੋਮਿਕਸ ਦੇ ਵਿੱਚ ਠੀਕ ਹੈ ਤਾਂ ਉਹਨਾਂ ਦੀ ਜੋ ਸਭ ਤੋਂ ਵੱਡੀ ਇਹ ਜੋ ਖੋਜ ਸੀ ਜਿਸ ਨੂੰ ਟੋਬਿਨ ਟੈਕਸ ਕਿਹਾ ਗਿਆ ਇਹਦਾ ਮਤਲਬ ਸੀ ਕੋਈ ਵੀ ਇੱਕ ਕਰੰਸੀ ਨੂੰ ਜੇ ਤੁਸੀਂ ਦੂਜੀ ਕਰੰਸੀ ਦੇ ਵਿੱਚ ਕਨਵਰਟ ਕਰਨਾ ਚਾਹੋ ਤਾਂ ਉਸ ਦੇ ਉੱਪਰ ਟੈਕਸ ਲੱਗਣਾ ਚਾਹੀਦਾ ਹੈ ਜੀ ਠੀਕ ਹੈ ਜੇ ਟੈਕਸ ਨਹੀਂ ਲੱਗੇਗਾ ਤਾਂ ਜੋ ਕਰੰਸੀਜ਼ ਵੀਕ ਨੇ ਜਿੰਨਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੋਈ ਵੈਲਿਊ ਨਹੀਂ ਹੈ ਤਾਂ ਲੋਕ ਕੀ ਕਰਨਗੇ ਉਹਨਾਂ ਨੂੰ ਯੂ نو ਜਿੰਨਾਂ ਕਰੰਸੀਜ਼ ਦੀ ਵੈਲਿਊ ਹੈ ਉਸ ਦੇ ਵਿੱਚ ਤਬਦੀਲ ਕਰ ਦੇਣਗੇ ਜੀ ਠੀਕ ਹੈ ਜਿਵੇਂ ਜੇ ਕਹੀਏ ਕਿ ਜੇ ਕੋਈ ਟੈਕਸ ਨਾ ਲੱਗੇ ਤਾਂ ਜੋ ਲੋਕ ਨੇ ਜੋ ਸਾਡੀ ਕਰੰਸੀ ਹੈ ਇੰਡੀਆ ਦੀ ਕਰੰਸੀ ਇਹ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੋਈ ਬਹੁਤ ਮਜ਼ਬੂਤ ਕਰੰਸੀ ਨਹੀਂ ਹੈ ਤਾਂ ਲੋਕਾਂ ਨੇ ਕੀ ਕਰਨਾ ਹੈ ਕਿ ਇਸ ਨੂੰ ਡਾਲਰਸ ਦੇ ਵਿੱਚ ਹੈ ਕਨਵਰਟ ਕਰਦੇ ਰਹਿਣਾ ਹੈ ਜੀ ਠੀਕ ਹੈ ਲੇਕਿਨ ਜੇ ਇਸ ਤੇ ਟੈਕਸ ਲੱਗੇਗਾ ਤਾਂ ਇਹ ਮਹਿੰਗੀ ਪਏਗੀ ਤਾਂ ਲੋਕ ਇਸ ਨੂੰ ਕਨਵਰਟ ਵੀ ਨਹੀਂ ਕਰਨਗੇ ਠੀਕ ਹੈ ਤਾਂ ਯੂ نو ਇਸ ਨਾਲ ਜੋ ਸਭ ਤੋਂ ਵੱਡਾ ਜੋ ਫਾਇਦਾ ਇਹ ਹੋਏਗਾ ਕਿ ਯੂ نو ਤੁਹਾਡੇ ਕੰਟਰੀ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਸਥਿਤੀ ਨਹੀਂ ਆਏਗੀ ਕਿ ਤੁਹਾਡਾ ਜੋ ਲੋਕਲ ਕਰੰਸੀ ਹੈ एकदम ही यूनो you know, खत्म हो जाए ठीक दे है इसका बड़ा खतरा रहा है ठीक है ये असं ऑप्शन देखते हैं सही जो आंसर है टैक्स टू परवेंट ए टैक्स है जो बचा है स्पैकुलेटिव फ्लाइट ऑफ कैपिटल एकोदम जो पैसा थोड़ी जो लोकल करंसी है खत्म होने ठीक है तो बच्चो टैक्स है जो एक करंसी को दूजे करंसी के कनवर्ट कर करन लगता है उसनों अभी टॉबिन टैक्स बोलते हैं हू वा दैट वॉज इनवेंटेड बाय जे टॉबिन ठीक है जेम्स टॉबिन फिर अगला प्रश्न है बच्चो ਅਗਲਾ ਪ੍ਰਸ਼ਨ ਹੈ ਕਿ ਇਹਨਾਂ ਦੇ ਵਿੱਚੋਂ ਕਰੈਕਟਲੀ ਇਨਕਰੈਕਟਲੀ ਮੈਚਡ ਕਿਹੜਾ ਹੈ ਠੀਕ ਹੈ ਬੱਚਿਓ ਇਹਦੇ ਵਿੱਚ ਜੋ ਇਹ ਪਲਾਂਟ ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਜੋ ਪਲਾਂਟ ਨੇ ਅਸੀਂ ਕਿਸ ਕੰਟਰੀ ਦੀ ਸਹਾਇਤਾ ਨਾਲ ਲਗਾਏ ਸਨ ਠੀਕ ਹੈ ਤਾਂ ਅਸੀਂ ਜੇ ਦੇਖੀਏ ਰੂਡਕੇਲਾ ਜੋ ਸਟੀਲ ਪਲਾਂਟ ਹੈ ਇਹ ਬਿਲਕੁਲ ਠੀਕ ਹੈ ਇਹ ਜਰਮਨੀ ਦੀ ਸਹਾਇਤਾ ਨਾਲ ਲਗਾਇਆ ਗਿਆ ਐਂਡ ਇਹ ਲਗਾਇਆ ਕਿੱਥੇ ਗਿਆ ਜੀ ਉੜੀਸਾ ਦੇ ਵਿੱਚ ਠੀਕ ਹੈ ਦੂਸਰਾ ਬੁਕਾਰੋ ਸਟੀਲ ਪਲਾਂਟ ਹੈ ਇਹ ਸਵੀਡਨ ਗਲਤ ਅਨਸਰ ਹੈ ਜੀ ਇਹਦਾ ਇਹੀ ਆ ਆ ਇਹ ਜੋ ਅਸੀਂ ਪਲੈਂਟ ਹੈ ਇਹ ਸੋਵੀਅਤ ਦੀ ਹੈਲਪ ਨਾਲ ਲਗਾਇਆ ਜਿਸ ਦਾ ਜੋ ਪ੍ਰੈਜੈਂਟ ਦੇ ਵਿੱਚ ਨਾਮ ਹੈ ਰਸ਼ੀਆ ਹੈ ਸੋਵੀਅਤ ਯੂਨੀਅਨ ਦੀ ਹੈਲਪ ਪ੍ਰੈਜੈਂਟ ਨਾਮ ਰਸ਼ੀਆ ਹੈ ਠੀਕ ਹੈ ਤਾਂ ਇਹ ਇਸ ਦਾ ਸਹੀ ਆਨਸਰ ਹੋਏਗਾ ਜੋ ਇਨਕਰੈਕਟਲੀ ਮੈਚਡ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਜੋ ਭਿਲਾਈ ਸਟੀਲ ਪਲੈਂਟ ਇਹ ਰਸ਼ੀਆ ਦੀ ਹੈਲਪ ਨਾਲ ਲੱਗਿਆ ਜੀ ਇਹ ਭਿਲਾਈ ਛੱਤੀਸਗੜ੍ਹ ਦੇ ਵਿੱਚ ਹੈ ਠੀਕ ਹੈ ਛੱਤੀਸਗੜ੍ਹ ਐਂਡ ਜੋ ਦੁਰਗਾਪੁਰ ਸਟੀਲ ਪਲੈਂਟ ਹੈ ਯੂਕੇ ਦੀ ਹੈਲਪ ਨਾਲ ਲੱਗਿਆ ਜੋ ਕਿ ਵੈਸਟ ਬੰਗਾਲ ਦੇ ਵਿੱਚ ਹੈ ਠੀਕ ਹੈ ਤਾਂ ਬੱਚੋ ਜੋ ਬੁਕਾਰੋ ਦੀ ਮੈਂ ਗੱਲ ਕਰਾਂ ਜੋ ਬੁਕਾਰੋ ਹੈ ਜੋ ਬਕਾਰੋ ਕਿਹੜੇ ਸਟੇਟ ਦੇ ਵਿੱਚ ਹੈ ਇਹ Jharkhand ਦੇ ਵਿੱਚ ਹੈ ਠੀਕ ਹੈ ਇਹ Jharkhand ਦੇ ਵਿੱਚ ਦਿੱਤਾ ਤਾਂ ਇਹਨਾਂ ਦੀ ਲੋਕੇਸ਼ਨਸ ਵੀ ਪਤਾ ਹੋਣ ਐਂਡ ਕਿਸ ਕੰਟਰੀ ਦੀ ਅਸਿਸਟੈਂਟ ਨੇ ਲੱਗਿਆ ਹੈ ਉਹ ਵੀ ਸਾਨੂੰ ਪਤਾ ਹੋਵੇ ਉਹ ਤੋਂ ਬਾਅਦ ਹਾਂਜੀ ਅਗਲੇ ਪ੍ਰਸ਼ਨ ਤੇ ਅਸੀਂ ਚੱਲਦੇ ਹਾਂ ਜੀ ਠੀਕ ਹੈ ਅਗਲਾ ਜੋ ਕੁਐਸਚਨ ਹੈ ਠੀਕ ਹੈ ਉਹ ਹੈ ਕਿ ਬਲੈਕ ਇਹਨਾਂ ਦੇ ਵਿੱਚੋਂ ਦੱਸਣਾ ਹੈ ਕਿ ਜੋ ਕਿਹੜੀ ਸਟੇਟਮੈਂਟ ਠੀਕ ਹੈ ਜੀ ਠੀਕ ਹੈ ब्लैक सोयल इन इंडिया आ, रिलेट्स इट्स जेनिस टू डेकन ट्रैप ठीक है जो काली मिट्टी है ठीक है वो जो डेकन ट्रैप के ज़्यादा मिलती है दूसरा धूपगढ़ इज द हाईएस्ट पीक ऑफ इंडियन पेनंसुला जो इंडियन पेनंसुला है उसकी हाईएस्ट पीक धूपगढ़ है एंड तीसरा कुदरेमुख कु, पीक इज एसोसीट विद रिच आयरन ऑयर रिजॉर्व ठीक है तो बच्चों जो दूसरा जो जो ऑप्शन है यलत है पहला तो तीजा ही ठीक ने जो मैं ऑप्शन देखा ਇਸ ਦਾ ਜੋ ਸਹੀ ਆਨਸਰ ਆਏਗਾ ਉਹ ਸੀ ਆਏਗਾ ਠੀਕ ਹੈ ਤਾਂ ਬੱਚਿਓ ਜੇ ਦੀ ਜੇ ਮੈਂ ਗੱਲ ਕਰਾਂ ਇਸ ਕੁਐਸਚਨ ਦੀ ਤਾਂ ਇਸ ਦੇ ਬਾਰੇ ਜੋ ਐਕਸਪਲੇਨੇਸ਼ਨ ਹੈ ਤੁਹਾਨੂੰ ਡਾਇਗਰਾਮਸ ਦੇ ਨਾਲ ਦੇਣੀ ਪੈਗੀ ਠੀਕ ਹੈ ਤਾਂ ਜੋ ਮੇਰੇ ਬਾਕੀ ਜੋ ਨੈਕਸਟ ਮੇਰੇ ਲੈਕਚਰਸ ਹੋਣਗੇ ਠੀਕ ਹੈ ਉਸ ਦੇ ਵਿੱਚ ਮੈਂ ਇਸ ਦੀ ਜੋ ਐਕਸਪਲੇਨੇਸ਼ਨ ਹੈ ਉਹ ਡਾਇਗਰਾਮਸ ਤੁਹਾਨੂੰ ਜ਼ਰੂਰ ਦਵਾਂਗਾ ਐਜ਼ ਇਟ ਇਜ਼ ਯਾਦ ਰੱਖੋ ਕਿ ਇਸ ਦਾ ਜੋ ਦੂਜਾ ਆਪਸ਼ਨ ਹੈ ਉਹ ਗਲਤ ਹੈ ਠੀਕ ਹੈ ਫਿਰ ਅੱਗੇ ਅਸੀਂ ਵਧਦੇ ਹਾਂ ਜੀ ਠੀਕ ਹੈ ਅੱਗੇ ਅਗਲਾ ਜੋ ਪ੍ਰਸ਼ਨ ਹੈ ਸਾਡਾ ਉਹ ਹੈ ਕਿ ਮੈਚ ਦਾ ਫੋਲੋਇੰਗ ਲਿਸਟ ਠੀਕ ਹੈ ਇਹਦੇ ਵਿੱਚ ਜੋ ਦੱਸਿਆ ਗਿਆ ਹੈ ਜੀ ਕਿ ਕਰੈਕਟ ਕਿਹੜੇ ਨੇ ਠੀਕ ਹੈ ਤਾਂ ਕਰੈਕਟ ਹੈ ਜੋ ਠੀਕ ਹੈ ਕਰੈਕਟ ਹੈ ਜੋ ਬੈਕਵਾਟਰਸ ਨੇ ਠੀਕ ਹੈ ਇਹ ਅਲੱਗ ਅਲੱਗ ਤਰ੍ਹਾਂ ਦੀਆਂ ਜੋ ਯੂ نو ਪ੍ਰੋਸੈਸਸਸ ਨੇ ਠੀਕ ਹੈ ਜਿਵੇਂ ਬੈਕਵਾਟਰ ਹੈ ਉਹ ਜ਼ਿਆਦਾਤਰ ਕੇਰਲਾ ਦੇ ਵਿੱਚ ਉਸ ਤਰ੍ਹਾਂ ਦੇ ਜੋ ਰਿਵਰਸ ਸਾਨੂੰ ਮਿਲਦੇ ਨੇ ਜਿੱਥੇ ਜੋ ਪਾਣੀ ਹੈ ਠੀਕ ਹੈ ਉਸ ਦੀ ਜੋ ਦਿਸ਼ਾ ਹੈ ਕਈ ਵਾਰ ਉਲਟੀ ਵੀ ਵਹਿੰਦੀ ਹੈ ਠੀਕ ਹੈ ਤਾਂ ਇਸ ਦਾ ਆਨਸਰ ਹੈ ਗੋਆ ਠੀਕ ਹੈ ਫਿਰ ਅਸੀਂ ਦੇਖ ਲੈਂਦੇ ਹਾਂ ਜੀ ਇਸ ਦਾ ਜੋ ਸਹੀ ਆਨਸਰ ਹੈ ਜੀ ਠੀਕ ਹੈ ਏ ਸੈਕਿੰਡ ਬਿਲਕੁਲ ਠੀਕ ਫਿਰ ਉਸ ਤੋਂ ਬਾਅਦ ਜਿਵੇਂ ਦੇਖਾਂ ਸੀ ਵੀ ਸੈਕਿੰਡ ਹੈ ਜੀ ਫਿਰ ਉਸ ਤੋਂ ਬਾਅਦ ਮੈਂ ਇਹ ਦੇਖਾਂ ਬੀ ਆਨਸਰ ਬਕਿੰਗਮ ਕੈਨਲ ਠੀਕ ਹੈ ਬਕਿੰਗਮ ਜੋ ਕੈਨਲ ਹੈ ਏ ਹੈ ਜੀ ਤਾਮਿਲਨਾਡੂ ਐਂਡ ਆਂਧਰਾ ਪ੍ਰਦੇਸ਼ ਦੇ ਵਿੱਚ ਐਂਡ ਕੈਂਬੋਜ ਕੈਨਲ ਹੈ ਗੋਆ ਦੇ ਵਿੱਚ ਇਹ ਫਿਰ ਫੈਕਚੁਅਲ ਕੁਐਸਚਨਸ ਨੇ ਤੁਹਾਨੂੰ ਐਜ਼ ਇਟ ਇਜ਼ ਯਾਦ ਹੀ ਰੱਖਣੇ ਪੈਣਗੇ ਠੀਕ ਹੈ ਤਾਂ ਜੋ ਇਸ ਦਾ ਸਹੀ ਆਨਸਰ ਹੈ ਬੀ ਠੀਕ ਹੈ ਮੈਂ ਬੀ ਤੇ ਸੀ ਦੇ ਵਿੱਚ ਕਨਫਿਊਜ਼ ਹੋ ਰਿਹਾ ਸੀ ਲੇਕਿਨ ਬੀ ਇਸ ਦਾ ਕਰੈਕਟ ਆਨਸਰ ਜੀ ਠੀ फिर उस तो बाद अगला प्रश्न बच्चों ए नाइंथ ठीक है कि एट्टी नाइनथ क्वेश्चन है कि पॉइंट कैलीमर इज ए रीजन फेमस फॉर इज मैगनीफिकट मैनग्रुव वेजिटेशन ठीक है ये जो कैलीमर है यह मैनग्रुव वेजीटे फेमस है द रीजन इज सटेट ऑन द माउथ ऑफ विच इंडियन रिवर ठीक है तो एक किस इंडियन रिवर के ऊपर है ये जो स्थित है जी ठीक है यदा जो आ, सही जो आंसर है ए, इस क्वेश्चन का दैट इज डी कावीरी ठीक है सी आंसर है कावीरी ठीक है तो कैलीमर ਜੋ ਰੀਜਨ ਹੈ ਠੀਕ ਹੈ ਇਹ ਕਿਸ ਇੰਡੀਅਨ ਰਿਵਰ ਤੋਂ ਸ਼ੁਰੂਆਤ ਹੁੰਦੀ ਹੈ ਇਸ ਦੀ ਕਾਵੇਰੀ ਤੋਂ ਸਟਾਰਟ ਹੁੰਦੀ ਹੈ ਫਿਰ ਅਗਲਾ ਜੋ ਪ੍ਰਸ਼ਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਅ ਲੈਂਡ ਲੋਕਡ ਹਾਰਬਰ ਠੀਕ ਹੈ ਲੈਂਡ ਲੋਕਡ ਹੁੰਦਾ ਬੱਚੋ ਜਿਸ ਦੇ ਚਾਰੋਂ ਤਰਫੇ ਧਰਤੀ ਹੋਵੇ ਜਿਵੇਂ ਪੰਜਾਬ ਇੱਕ ਲੈਂਡ ਲੋਕ ਸਟੇਟ ਹੈ ਠੀਕ ਪਾਣੀ ਨਹੀਂ ਹੈ ਹਰਿਆਣਾ ਹੈ ਠੀਕ ਹੈ ਹਿਮਾਚਲ ਇਹ ਸਾਰੇ ਲੈਂਡ ਲੋਕ ਸਟੇਟ ਨੇ ਤਾਂ ਹਾਰਬਰ ਹੈ ਜੋ ਸਮੁੰਦਰੀ ਕੰਡਾ ਹੈ ਜਿੱਥੇ ਬੋਟਸ ਨੇ ਸ਼ਿਪਸ ਨੇ ਯੂ نو ਆ ਕੇ ਖੜਦੇ ਨੇ ਉਸ ਨੂੰ ਬੋਲਦੇ ਨੇ ਤਾਂ ਇਹਨਾਂ ਦੇ ਵਿੱਚੋਂ ਲੈਂਡ ਲੋਕਡ ਹਾਰਬਰ ਕਿਹੜਾ ਹੈ ਕੰਡਾ ਠੀਕ ਹੈ ਤਾਂ ਇਹ ਤਿੰਨੋਂ ਹੀ ਯੂ ਨੋ ਇਨ ਲੈਂਡਲੋਗ ਇੱਥੇ ਹਰਬਰ ਨਹੀਂ ਹੈ ਸਿਰਫ ਵਿਸ਼ਾਖਾਪਟਨਮ ਦੇ ਵਿੱਚ ਹੀ ਇੱਕ ਲੈਂਡਲੋਗ ਹਰਬਰ ਹੈ ਜੋ ਬਣਿਆ ਹੋਇਆ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਨੈਕਸਟ ਜੋ ਕੁਐਸਚਨ ਹੈ ਸਾਡਾ ਉਹ ਹੈ ਕਿ 10 ਡਿਗਰੀ ਚੈਨਲ ਹੈ ਇਹ ਕਿਸ ਨੂੰ ਸੈਪਰੇਟ ਕਰਦਾ ਹੈ ਠੀਕ ਹੈ ਬੱਚੋ ਜਿਵੇਂ ਨਾਮ ਹੁੰਦੇ ਨੇ ਬਾਉਂਡਰੀਜ਼ ਦੇ ਜਿਵੇਂ ਭਾਰਤ ਤੇ ਪਾਕਿਸਤਾਨ ਹੈ ਅਸੀਂ ਬੋਲਦੇ ਨੇ ਹੈ ਜੀ ਰੈਡ ਕਲਿਫ ਲਾਈਨ ਹੈ ਇੰਡੀਆ ਚਾਈਨਾ ਮੈਕਮੋਹਨ ਇਸੇ ਤਰ੍ਹਾਂ ਇਹ ਜੋ ਕੋਈ ਲਾਈਨ ਜਾਂ ਕੋਈ ਆਇਲੈਂਡ ਹੋਵੇ ਜੋ ਦੋ ਹਿੱਸਿਆਂ ਨੂੰ ਵੰਡਦਾ ਹੋਵੇ ਠੀਕ ਹੈ ਤਾਂ ਜੋ 10 ਡਿਗਰੀ ਚੈਨਲ ਹੈ ਇਹ ਯਾਦ ਰੱਖੋ ਤੁਸੀਂ ਅੰਡੋਮਾਨ ਐਂਡ ਨਿਕੋਬਾਰ ਨੂੰ ਅਲੱਗ-ਅਲੱਗ ਕਰਦਾ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਅਸੀਂ ਜੋ ਗੱਲ ਕਰੀਏ ਬੱਚਿਓ ਕਿ ਜੋ ਅਗਲਾ ਪ੍ਰਸ਼ਨ ਹੈ ਟ੍ਰਿਬਿਊਟਰੀ ਰਾਈਵਰਸ ਨੇ ਐਂਡ ਮੇਨ ਰਿਵਰ ਇਹਨਾਂ ਦੇ ਵਿੱਚੋਂ ਦੱਸਣਾ ਹੈ ਕਰੈਕਟਲੀ ਮੈਚਡ ਕਿਹੜਾ ਹੈ ਜੀ ਠੀਕ ਹੈ ਤਾਂ ਕਰੈਕਟਲੀ ਮੈਚਡ ਹੈ ਸਿਰਫ ਤੇ ਸਿਰਫ ਡੀ ਆਪਸ਼ਨ ਮਾਨਸ ਬ੍ਰਹਮਪutra ਜੀ ਠੀਕ ਹੈ ਜੋ ਮਾਨਸ ਹੈ ਇਹ ब्रह्मपुत्रा की एक ट्रिब्यूटरी है जो चंबल है ये यमुना की ट्रिब्यूटरी है ठीक है एंड सोन गंगा की ट्रिब्यूटरी है जी ठीक है तो जो साडा आंसर है वो सिर्फ तो सिर्फ डी ओनली थ्री है ठीक है तो बच्चों ये यू नो बार बार जो असं डायग्राम्स देखते दे हाँ मैप्स देखते हैं तो चीज़ें अपने आप ही याद हो जाए ठीक है थेके? फिर तो बाद जो अगला क्वेश्चन मैं देखा कंसीडर द फॉलोइंग फॉलविंग हिल्स ने ये जो रीजनज ने जी ठीक है तो ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਠੀਕ ਹੈ ਮੈਂ ਦੇਖ ਲਾਂ ਕਿ ਹਿਲਸ ਐਂਡ ਰੀਜਨ ਕਾਰਡਮਮ ਹਿਲਸ ਕੋਰਾਮੰਡਲ ਕੋਸਟ ਤੇ ਕੈਮੂਰ ਹਿਲਸ ਕੋਂਕਨ ਕੋਸਟ ਮਹਾਂਦੀਓ ਹਿਲਸ ਸੈਂਟਰਲ ਇੰਡੀਆ ਐਂਡ ਮਕੀਰ ਹਿਲਸ ਨਾਰਥ ਇੰਡੀਆ ਠੀਕ ਹੈ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਥਰਡ ਐਂਡ ਫੋਰਥ ਹੈ ਠੀਕ ਹੈ ਜੋ ਇਹ ਬਿਲਕੁਲ ਸਹੀ ਨੇ ਮਹਾਂਦੀਓ ਹਿਲਸ ਸੈਂਟਰਲ ਇੰਡੀਆ ਦੇ ਵਿੱਚ ਹੈ ਐਂਡ ਮਕੀਰ ਹਿਲਸ ਨਾਰਥ ਈਸਟ ਇੰਡੀਆ ਦੇ ਵਿੱਚ ਹੈ ਠੀਕ ਹੈ ਤਾਂ ਪਹਿਲੀਆਂ ਦੋ ਦਾ ਜੋ ਰੀਜਨ ਹੈ ਇਹਨਾਂ ਨੇ ਬਿਲਕੁਲ ਜੋ ਗਲਤ ਦੱਸਿਆ ਹੋਇਆ ਹੈ ਜੀ ਠੀਕ ਹੈ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਸੀ ਹੈ ਫਿਰ ਉਸ ਤੋਂ ਬਾਅਦ 94th ਕੁਐਸਚਨ ਵਿਚ ਆਫ ਦਾ ਫਾਲੋਇੰਗ ਰਿਵਰ ਓਰੀਜਿਨੇਟਸ ਐਟ ਅਮਰਕੰਟਕ ਠੀਕ ਹੈ ਅਮਰਕੰਟਕ ਤੋਂ ਇਹਨਾਂ ਦੇ ਵਿੱਚੋਂ ਕਿਹੜਾ ਜੋ ਰਿਵਰ ਹੈ ਉਸ ਦੀ ਜੋ origin ਜੋ origignate ਹੁੰਦਾ ਹੈ ਜੀ ਠੀਕ ਹੈ ਇਸ ਦਾ ਜੋ ਆਨਸਰ ਹੈ ਬੱਚਿਓ ਇਸ ਦਾ ਜੋ ਸਹੀ ਆਨਸਰ ਹੈ ਦੈਟ ਇਜ਼ ਨਰਮਦਾ ਠੀਕ ਹੈ ਜੋ ਨਰਮਦਾ ਹੈ ਠੀਕ ਹੈ ਨਰਮਦਾ ਜੋ ਰਿਵਰ ਹੈ ਉਹ ਅਮਰਕੰਟਕ ਤੋਂ ਜੋ ਹੈ ਉਸ ਦੀ ਸ਼ੁਰੂਆਤ ਹੁੰਦੀ ਹੈ ਠੀਕ ਹੈ ਇਹਦੇ ਨਾਲ ਹੀ ਇੱਥੇ ਮੈਂ ਦੱਸਣਾ ਚਾਹਾਂਗਾ ਜੀ ਕਿ ਸਿਰਫ ਨਰਮਦਾ ਹੀ ਨਹੀਂ ਠੀਕ ਹੈ ਜੋ ਸਨ ਤੇ ਜੋਹਿਲਾ ਰਿਵਰ ਨੇ ਠੀਕ ਹੈ ਜੋ ਸੋਨ ਤੇ ਜੋਹਿਲਾ ਰਿਵਰ ਨੇ ਠੀਕ ਹੈ ਉਹ ਵੀ ਉਹ ਵੀ ਨੇ ਅਮਰਕੰਟਕ ਤੋਂ ਹੀ ਜੋ ਹੈ ਇਹ ਤਿੰਨੋਂ ਰਿਵਰਸ ਨੇ ਅਮਰਕੰਟਕ ਤੋਂ ਹੀ ਇਹਨਾਂ ਦਾ origin ਹੁੰਦਾ ਠੀਕ ਹੈ ਤੇ ਨਰਮਦਾ ਸੋਨ ਐਂਡ ਜੋਹਿਲਾ اور اورਿਜਿਨੇਟਡ ਅਮਰਕੰਟਕ ਠੀਕ ਹੈ ਫਿਰ ਉਸ ਤੋਂ ਬਾਅਦ ਜੋ ਸਾਡਾ ਬਲੂ ਫਲੈਗ ਪ੍ਰੋਗਰਾਮ ਹੈ ਜੀ ਠੀਕ ਹੈ ਇੱਕ ਕੀ ਹੈ ਇੱਕ ਗਵਰਨਮੈਂਟ ਆਫ ਇੰਡੀਆ ਦਾ ਜੋ ਇੱਕ ਪ੍ਰੋਗਰਾਮ ਹੈ ਜੀ ਬੜਾ ਹੀ ਇੰਪੋਰਟੈਂਟ ਜਿਦੇ ਵਿੱਚ ਅਸੀਂ ਜੋ ਹੈ ਪ੍ਰਮੋਟ ਸਸਟੇਨੇਬਲ ਡਿਵੈਲਪਮੈਂਟ ਫਰੈਸ਼ ਵਾਟਰ ਐਂਡ ਮਰੀਨ ਏਰੀਆਸ ਠੀਕ ਹੈ ਜੋ ਜੋ ਸਾਡੀ ਜੋ ਮਰੀਨ ਏਰੀਆਸ ਨੇ ਠੀਕ ਹੈ ਜੋ ਸਾਡੇ ਮਰੀਨ ਏਰੀਆਸ ਦਾ ਮਤਲਬ ਹੈ ਜਿੱਥੇ ਸਮੁੰਦਰ ਲੱਗਦੇ ਨੇ ਜੀ ਸਪੈਸ਼ਲੀ ਗੁਜਰਾਤ ਹੈ ਮਹਾਰਾਸ਼ਟra ਹੈ ਫਿਰ ਉਸ ਤੋਂ ਬਾਅਦ ਸਾਡਾ ਤਾਮਿਲਨਾਡੂ ਕੇਰਲਾ 오ਡੀਸਾ ਇਹ ਵੈਸਟ ਬੰਗਾਲ ਇਹ ਸਾਰੇ ਸਟੇਟਸ ਨੇ ਠੀਕ ਹੈ ਉਹਨਾਂ ਦੀ ਡਿਵੈਲਪਮੈਂਟ ਬਾਰੇ ਉੱਥੇ ਫਰੈਸ਼ ਵਾਟਰ ਦੀ ਅਵੇਲੇਬਿਲਟੀ ਬਾਰੇ ਇਸ ਪ੍ਰੋਗਰਾਮ ਦਾ ਜੋ ਮੇਨ ਏਮ ਰੱਖਿਆ ਹੋਇਆ ਜੀ ਬਲੂ ਫਲੈਗ ਪ੍ਰੋਗਰਾਮ ਠੀਕ ਹੈ बच्चों याद रखना दे है देखो ऑप्शन के बल्यू टैबलेट्स की गल की है कितने इको टूरिजम की गल की है लेकिन यह एरियाज की डिवेल्पमेंट की गल है गवर्नमेंट ऑफ इंडिया का बहुत इंपॉर्टेंट प्रोग्राम है ब्ल्यू फ्लैग प्रोग्राम फिर अगला जो क्वेश्चन है हाँ जी अगला क्वेश्चन है नाइनटी फिफ्थ ठीक है तो नाइनटी फिफ्थ क्या है कि दस विच है कि गौरमेंट का प्रोग्राम है साइट्स ठीक है इंटरनेशनल एक कन्वैनशन है जिसका फुल फॉर्म है कन्वैनशन ऑन इंटरैशनल ट्रेड इन इनडेंजर स्पीचर्स ऑफ ਵਾਈਲਡ ਫੌਨਾ ਐਂਡ ਫਲੋਰਾ ਠੀਕ ਹੈ ਇਹਦੇ ਅਕੋਰਡਿੰਗ ਇਹਨਾਂ ਦੇ ਵਿੱਚੋਂ ਕਿਹੜੀ ਜੋ ਪੁਆਇੰਟ ਹੈ ਉਹ ਜੋ ਹੈ ਜੀ ਉਹ ਕਰੈਕਟ ਹੈ ਠੀਕ ਹੈ ਤਾਂ ਇਸ ਦੇ ਵਿੱਚ ਜੋ ਸਾਈਡਸ ਦੇ ਅਕੋਰਡਿੰਗ ਇਟ ਏਮਸ ਟੂ ਇਨਸ਼ੋਰ ਥੈਟ ਇੰਟਰਨੈਸ਼ਨਲ ਟ੍ਰੇਡ ਜੋ ਅੰਤਰਰਾਸ਼ਟਰੀ ਵਪਾਰ ਹੈ ਜੰਗਲੀ ਜੀਵਾਂ ਦਾ ਜੀ ਵਾਈਲਡ ਐਨੀਮਲਸ ਐਂਡ ਪਲਾਂਟਸ ਦਾ ਡਸ ਨਾਟ ਥ੍ਰੈਟਨ देयर ਸਰਵਾਈਵਲ ਤਾਂ ਇਹ ਜੋ ਵਪਾਰ ਹੁੰਦਾ ਰਹੇ ਲੇਕਿਨ ਉਹਨਾਂ ਦੀ ਐਗਜ਼ਿਸਟੈਂਸ ਬਚੀ ਰਹੇ ਇਹ ਨਾ ਹੋਵੇ ਕਿ ਉਹ ਸਪੀਸੀਜ਼ ਨੂੰ ਤੁਸੀਂ ਬਿਲਕੁਲ ਹੀ ਖਤਮ ਕਰ ਦੋ ਬਿਲਕੁਲ ਠੀਕ ਹੈ ਜੀ ਇਟ ਇਜ਼ ਐਨ ਇੰਟਰਨੈਸ਼ਨਲ ਐਗਰੀਮੈਂਟ ਬਿਟਵੀਨ ਕਾਰਪੋਰੇਟਸ ਐਂਡ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਇਕ ਕਾਰਪੋਰੇਟ ਦਾ ਤੇ ਐਨਜੀਓਜ਼ ਦਾ ਇੱਕ ਇੰਟਰਨੈਸ਼ਨਲ ਐਗਰੀਮੈਂਟ ਹੈ ਜੀ ਇਹ ਗਲਤ ਹੈ ਠੀਕ ਹੈ ਫਿਰ ਤੀਜਾ ਹੈ ਮੋਨਿਟਰਿੰਗ ਆਫ ਇਲੀਗਲ ਕਿਲਿੰਗ ਆਫ এলিਫੈਂਟਸ ਪ੍ਰੋਗਰਾਮ ਇਜ਼ ਐਸਟੈਬਲਿਸ਼ਡ ਅੰਡਰ ਇਟ ਤਾਂ ਜੋ এলিਫੈਂਟਸ ਦੀ ਇਲੀਗਲ ਕਿਲਿੰਗ ਹੁੰਦੀ ਹੈ ਐਂਡ ਤੁਹਾਨੂੰ ਪਤਾ ਹੈ ਜੀ ਕਹਿੰਦੇ ਮਰਾ ਹਾਥੀ ਲੱਖਦਾ ਜਿਉਂਦਾ ਹਾਥੀ ਜ਼ੀਰੋ ਮਤਲਬ ਫਰੀਦ ਆ ਜੀ ਠੀਕ ਹੈ ਤਾਂ ਇਹ ਬਿਲਕੁਲ ਸਹੀ ਹੈ ਠੀਕ ਹੈ ਤਾਂ ਯੂ نو ਜੋ ਇਲੀਗਲ ਤੌਰ ਤੇ ਹੱਥੇ ਨੂੰ ਮਾਰਿਆ ਜਾਂਦਾ ਹੈ ਉਸ ਦੇ ਜੋ ਹੈ उसकी मोनीटरिंग करी जाएगी एंड खिलाफ कार्रवाई की जाएगी बिल्कुल ठीक है, था। जो इस दा है जी फर्स्ट एंड थर्ड मतलब इसका पेपर एंड फिर उस अगला जो प्रश्न है जी साढ़ा नाइन सैवन ठीक है 90, जो सैवंथ है इसनों पढ़ लें पहला जी द बायोस्फेर है जो इन द जोन ऑफ द अर्थ वेर लाइफ इज फाउंड ठीक है बायोस्फेर उसमें बोलते हैं जिथे ਲਾਈਫ ਹੈ ਉਹ ਐਗਜ਼ਿਸਟ ਕਰਦੀ ਹੈ ਸਾਨੂੰ ਸਾਹ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਇਟ ਇਨਕਲੂਡਸ ਪਾਰਟਸ ਆਫ ਠੀਕ ਹੈ ਤਾਂ ਬਾਇਓਸਫੀਅਰ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕਿਹੜੇ ਪਾਰਟ ਆਉਂਦੇ ਨੇ ਜੀ ਠੀਕ ਹੈ ਹਾਈਡਰੋਸਫੀਅਰ ਲਿਥੋਸਫੀਅਰ ਸਟ੍ਰੈਟੋਸਫੀਅਰ ਟ੍ਰੋਪੋਸਫੀਅਰ ਇਹਨੂੰ ਸਮਝਣ ਲਈ ਇੱਕ ਅਸੀਂ ਡਾਇਗਰਾਮ ਦੇਖ ਲੈਨੇ ਆ ਜੀ ਠੀਕ ਹੈ ਤਾਂ ਡਾਇਗਰਾਮ ਹੈ ਕਿ ਜੀ ਇਹਦੇ ਵਿੱਚ ਇਟ ਇਨਕਲੂਡਸ ਪਾਰਟਸ ਆਫ ਠੀਕ ਹੈ ਸਾਰੇ ਦੇ ਸਾਰੇ ਹੁੰਦੇ ਨੇ ਐਕਸੈਪਟ ਸਟ੍ਰੈਟੋਸਫੀਅਰ ਸਟ੍ਰੈਟੋਸਫੀਅਰ ਦੇ نیچے ਨੇ ਹਾਈਡਰੋਸਫੀਅਰ ਲਿਥੋਸਫੀਅਰ ਐਂਡ ਟ੍ਰੋਪੋਸ डी इज द करैक्ट आंसर ठीक है तो बच्चों याद रखो जो एरोप्लेन ने हमेशा स्ट्रेचोसफीअर ही जो है घूमते हैं बिल्कुल लोअर स्टैचोसफीअर ठीक है इस दू नीचे ने जिथे बायोस्फीयर एग्जिस्ट कर दिया लाइफ एगजिस्ट करती है फिर अगला जो प्रश्न है ठीक है नाइन नाइनथ कि जो एससी एस टी की जो रिजर्वेशन है ठीक है ज जो गवर्मेंट सविसा जो आर्टिकल है वो वर्शा है जी ठीक है डी आंसर है आर्टिकल थ्री थर्टी फाइव है जो गवर्नमेंट सर्विस रिजर्वेशन है उसू डिकलेयर करता है जी ठीक है फिर नाइनटी एट क्वेश्चन नाइनटी एट क्वेश्चन का जो आंसर है ठीक है पहले देखिए किसान रिलेटेड है जी एक कैग कैगना जुड़ा क्वेश्चन है ठीक है कैग का फुल फॉर्म है कंट्रोलर एंड ऑडिट जनरल ऑफ इंडिया है वैसे ठीक है मैं लिख सद अलग तो कंट्रोलर एंड ऑडिट जनरल ये जो भारत की सरकार जो पैसा खर्च करती है ਇਹ 파ਰਟ ਦੀ ਸਰਕਾਰ ਦੁਆਰਾ ਜੋ ਪੈਸਾ ਕਮਾਇਆ ਜਾਂਦਾ ਉਸ ਦਾ ਜੋ ਆਡਿਟ ਕਰਦਾ ਹੈ ਉਸ ਡਿਪਾਰਟਮੈਂਟ ਨੂੰ CAG ਬੋਲਦੇ ਨੇ ਠੀਕ ਹੈ ਤਾਂ ਇਟ ਇਸ ਕੋਲਡ ਦਾ ਫਰੈਂਡ ਫਲੋਸਫਰ ਐਂਡ ਗਾਈਡ ਆਫ ਦਾ ਪਬਲਿਕ ਅਕਾਊਂਟ ਕਮੇਟੀ ਆਫ ਦਾ ਪਾਰਲੀਮੈਂਟ ਬਿਲਕੁਲ ਠੀਕ ਹੈ ਜੀ ਠੀਕ ਹੈ ਜੋ ਪਬਲਿਕ ਕਾਊਂਟ ਕਮੇਟੀ ਜੋ ਹਿਸਾਬ ਕਿਤਾਬ ਰੱਖਦੀ ਹੈ ਉਸ ਦੇ ਐਡਵਾਈਜ਼ਰ ਦੇ ਤੌਰ ਤੇ ਕੰਮ ਕਰਦਾ ਇਟ ਹੈਜ਼ ਨੋ ਕੰਟਰੋਲ ਓਵਰ ਦਾ ਇਸ਼ੂ ਆਫ ਮਨੀ ਫਰਮ ਦਾ ਦੇਖੋ ਪੈਸਾ ਕਿੰਨਾ ਖਰਚ ਕਰਿਆ ਜਾਏਗਾ ਇਹ ਗਵਰਨਮੈਂਟ ਡਿਸਾਈਡ ਕਰੇਗੀ ਇਹਦੇ ਵਿੱਚ CAG ਦਾ ਕੋਈ ਰੋਲ ਨਹੀਂ ਇਹ ਵੀ ਬਿਲਕੁਲ ਠੀਕ ਹੈ जो कंसर्न करेगी सिर्फ ऑडिट के टाइम से करेगी ठीक है एंड वैन द एक्सपेंडीचर जो खर्चे हो चुके हैं उसका ऑडिट करेगी कि ठीक होए ने या नहीं ने ठीक तो है तो तीनों स्टेटमेंट्स ठीक ने आंसर इज द ऑल ऑफ द अबव हैच ठीक है कैंट्रोलर एंड ऑडिटर जनरल ऑफ इंडिया ठीक है फिर अगला जो प्रश्न है इन्हना पहला स्टेट है जिसने लोकायुक्त की जो स्थापना है कर दी है जी पहला इंडियन स्टेट ठीक है लोकायुक्त मतलब जिथे लोग अपनी शिकायत लेके सकते हैं ठीक तो है इसका जी महाराष्ट्र की जो आर्टिकल टू फोर्टी हैकॉर्डिंग हू कैन कॉन्स्टिट्यूट ए हाई कोर्ट फॉर ए यूटी और ए डिकलेयर एनी कोर्ट इन एनी सच टेरेटरी टू बी ए हाई कोर्ट फॉर ऑल और एनी ऑफ द परपोजल ऑफ द कॉन्स्टिट्यूशन ठीक है बच्चों का जो मतलब है इस क्वेश्चन का इस क्वेश्चन का जो मतलब है ਕਿ ਦੇਖੋ ਆਮ ਤੌਰ ਤੇ ਜੋ ਯੂਟੀਆਂ ਨੇ ਯੂਟੀਆਂ ਦਾ ਆਪਣਾ ਕੋਈ ਹਾਈ ਕੋਰਟ ਨਹੀਂ ਹੁੰਦਾ ਠੀਕ ਹੈ ਸਟੇਟਸ ਦੇ ਆਪਣੇ ਹਾਈ ਕੋਰਟ ਹੁੰਦੇ ਨੇ ਤਾਂ ਇਹਨਾਂ ਦੇ ਵਿੱਚੋਂ ਦੱਸਿਆ ਗਿਆ ਹੈ ਕਿ ਆਰਟੀਕਲ 241 ਦੇ ਅਕੋਰਡਿੰਗ ਕਿਸੇ ਵੀ ਯੂਟੀ ਲਈ ਜੋ ਕਿਹੜਾ ਹਾਈ ਕੋਰਟ ਹੈ ਉਸ ਦੀ ਜੂਰਿਸਡਿਕਸ਼ਰੀ ਦੇ ਵਿੱਚ ਆਏਗਾ ਇਹ ਕੌਣ ਡਿਸਾਈਡ ਕਰੇਗਾ ਇਸ ਨੂੰ ਡਿਸਾਈਡ ਕਰਨ ਦੀ ਜੋ ਤਾਕਤ ਹੈ ਉਹ ਸਿਰਫ ਕਿਸ ਦੇ ਵਿੱਚ ਹੈ ਜੀ ਪਾਰਲੀਮੈਂਟ ਦੇ ਵਿੱਚ ਹੈ ਠੀਕ ਹੈ ਤਾਂ ਆਨਸਰ ਇਸ ਦਾ ਹੈ ਸੀ ਠੀਕ ਹੈ ਫਿਰ ਅਗਲਾ ਜੋ ਪ੍ਰਸ਼ਨ ਹੈ ਸਟੂਡੈਂਟਸ ਉਹ ਹੈ ਕਿ ਕੋਈ ਵੀ ਨਵਾਂ ਸਟੇਟ ਜਦੋਂ ਬਣਦਾ ਹੈ ਠੀਕ ਹੈ ਇਨ ਇੰਡੀਆ ਫੋਰ ਐਨ ਐਗਜ਼ਿਸਟਿੰਗ ਸਟੇਟ ਇਨਵੋਲਵਸ ਦਾ ਕੰਸੈਂਟ ਆਫ ਤਾਂ ਜੋ ਨਵਾਂ ਸਟੇਟ ਬਣਦਾ ਹੈ ਤੁਹਾਨੂੰ ਕਿਸ-ਕਿਸ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਤੁਹਾਨੂੰ ਸੁਪਰੀਮ ਕੋਰਟ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਉਸ ਸਟੇਟ ਦੀ ਵਿਧਾਨ ਸਭਾ ਦੀ ਪ੍ਰੈਜ਼ੀਡੈਂਟ ਦੀ ਪਾਰਲੀਮੈਂਟ ਦੀ ਠੀਕ ਹੈ ਤਾਂ ਇਹ ਤਿੰਨੇ ਨੇ ਸੁਪਰੀਮ ਕੋਰਟ ਤੋਂ ਇਲਾਵਾ ਤੁਹਾਨੂੰ ਤਿੰਨਾਂ ਦੀ ਜੋ ਮਨਜ਼ੂਰੀ ਹੈ ਜ਼ਰੂਰੀ ਹੈ ਤਾਂ ਆਨਸਰ ਦੇਖਦੇ ਹਾਂ ਜੀ ਦੂਜਾ ਤੀਜਾ ਚੌਥਾ ਆਨਸਰ ਹੈ ਜੀ ਬੀ ਬੀ ਇਜ਼ ਦਾ ਕਰੈਕਟ ਆਨਸਰ ਠੀਕ ਹੈ ਨਵਾਂ ਸਟੇਟ ਬਣੇਗਾ ਤਾਂ ਜੋ ਸਟੇਟ ਉਸ ਦਾ ਲੈਜਿਸਲੇਚਰ ਪ੍ਰੈਜ਼ੀਡੈਂਟ ਤੇ ਪਾਰਲੀਮੈਂਟ ਤਿੰਨਾਂ ਦੀ ਮਨਜ਼ੂਰੀ ਲੈਣੀ ਪਵੇਗੀ ਫਿਰ ਅਗਲਾ ਜੋ ਕੁਐਸਚਨ ਹੈ ਸਾਡਾ ਉਹ ਹੈ ਜੀ 103 103 ਜੋ 103 ਕੁਐਸਚਨ ਹੈ ਜੀ ਠੀਕ ਹੈ ਐਂਡ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਜੀ ਕਿਆ ਕਿਹ ਕਹਿੰਦਾ ਜੀ ਹੂ ਵਿਚ ਆਫ ਦਾ ਫੋਲੋਇੰਗ ਆਰ ਅਪੋਇੰਟਡ ਬਾਈ ਇਹਨਾਂ ਦੇ ਵਿੱਚੋਂ ਪ੍ਰੈਜ਼ੀਡੈਂਟ ਕਿਹਨਾਂ ਨੂੰ ਅਪੋਇੰਟ ਕਰਦੇ ਜੀ ਠੀਕ ਹੈ ਚੇਅਰਮੈਨ ਆਫ ਦਾ ਸਟੇਟ ਪਬਲਿਕ ਸਰਵਿਸ ਨਹੀਂ ਜੀ ਇਹ ਤਾਂ ਗਵਰਨਰ ਕਰਦੇ ਇਹਨਾਂ ਨੂੰ ਚੀਫ ਮਨਿਸਟਰ ਆਫ ਸਟੇਟ ਨਹੀਂ ਜੀ ਠੀਕ ਹੈ ਇਹ ਜੋ ਹੈ ਅਪੋਇੰਟਡ ਬਾਈ ਸੀਐਮ ਇਲੈਕਸ਼ਨ ਕਮਿਸ਼ਨਰ ਐਂਡ ਅਦਰ ਇਲੈਕਸ਼ਨ ਕਮਿਸ਼ਨ ਠੀਕ ਹੈ ਬਿਲਕੁਲ ਠੀਕ ਹੈ ਜੋ ਚੀਫ ਇਲੈਕਸ਼ਨ ਕਮਿਸ਼ਨ ਇੰਡੀਆ ਦਾ ਐਂਡ ਅਟਾਰਨੀ ਜਨਰਲ ਨੂੰ ਤਾਂ ਜੋ ਸਹੀ ਆਨਸਰ ਹੋਏਗਾ ਇਸ ਦਾ ਸੀ ਹੋਏਗਾ 3rd ਐਂਡ 4th ਠੀਕ ਹੈ ਤਾਂ ਬੱਚੋ ਪ੍ਰੈਜ਼ੀਡੈਂਟ ਵਾਲਾ ਜੋ ਚੈਪਟਰ ਹੈ ਸਾਨੂੰ ਬਹੁਤ ਚੰਗੀ ਤਰੀਕੇ ਨਾਲ ਪੜਨਾ ਪਏਗਾ ਜੇ ਅਸੀਂ ਇਹਨਾਂ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਜੋ ਚੀਫ ਇਲੈਕਸ਼ਨ ਕਮਿਸ਼ਨਰ ਤੇ ਅਟਾਰਨੀ ਜਨਰਲ ਆਫ ਇੰਡੀਆ ਜੋ ਭਾਰਤ ਸਰਕਾਰ ਦਾ ਵਕੀਲ ਹੈ ਉਹਨਾਂ ਨੂੰ ਪ੍ਰੈਜ਼ੀਡੈਂਟ ਅਪਾਇੰਟ ਕਰੇਗਾ ਫਿਰ ਅਗਲਾ ਕੁਐਸਚਨ ਦਾ ਰੈਜ਼ੋਲੂਸ਼ਨ ਫਾਰ ਮੂਵਿੰਗ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਭਾਰਤ ਦੇ ਰਾਸ਼ਟਰਪਤੀ ਨੂੰ ਹਟਾਉਣ ਦਾ ਜੋ ਰੈਜ਼ੋਲੂਸ਼ਨ ਹੈ कितों शुरू होएगा ठीक है लोकसभा राज्यसभा ज्वाइंट सिटिंग ऑफ एंड आइदर हाउस ठीक है ये बिल्कुल हमेशा जो, जो राज्यसभा तो ही इस इनिशिएट करना पाएगा जे प्रेजिडेंट को हटाना है वह किसी भी हाउस तो शुरू हो सकता है लेकिन जो वाइस प्रेजिडेंट हटेगा तो उसका जो इनिशिएटिव है राज्यसभा ही जो बच्चों है करेगी ठीक है हाँ जी फिर उस अगला तो क्वेश्चन है अपना जो नैक्सट क्वेश्चन है जी वह है कि आ, which of the following statement about the governor governor ਲਈ ਇਹ ਜੋ ਕਿਹੜੀਆਂ 스테ਟਮੈਂਟਸ ਨੇ ਇਨਕਰੈਕਟ ਨੇ ਠੀਕ ਹੈ ਹੀ ਸਬਮਿਟਸ ਹਿਸ ਰੈਗਨੇਸ਼ਨ ਲੈਟਰ ਟੂ ਚੀਫ ਜਸਟਿਸ ਆਫ ਸਟੇਟ ਗਲਤ ਹੈ ਜੀ ਉਹ ਆਪਣਾ ਰੈਜਿਗਨੇਸ਼ਨ ਹਮੇਸ਼ਾ ਪ੍ਰੈਜ਼ੀਡੈਂਟ ਨੂੰ ਕਰੇਗਾ ਸਬਮਿਟ ਹੀ ਸ਼ੁੱਡ ਹੈਵ ਕੰਪਲੀਟਡ ایਜ ਹਾਂਜੀ ਬਿਲਕੁਲ ਠੀਕ 35 ਸਾਲ ਕਟੋ ਕਟ ਉਮਰ ਹੋਣੀ ਚਾਹੀਦੀ ਹੈ ਹਿਸ ਅਮੈਲੋਮੈਂਟਸ ਅਲੌਨਸਸਸ ਐਂਡ ਪ੍ਰਿਵਿਲੇजेस ਆਰ ਡਿਟਰਮਾਈਨਡ ਬਾਈ ਦਾ ਪ੍ਰੈਜ਼ੀਡੈਂਟ ਇਹਦੇ ਜੋ ਸਾਰੇ ਜੋ ਪੱਤੇ ਨੇ ਉਹ ਪ੍ਰੈਜ਼ੀਡੈਂਟ ਡਿਸਾਈਡ ਕਰੇਗਾ ਜੀ ਠੀਕ ਹੈ ਨੋ ਕ੍ਰਿਮੀਨਲ ਪ੍ਰੋਸੀਡਿੰਗਸ ਕੈਨ ਬੀ ਇਨਸਟੀਟਿਊਟ ਅ ਜੇ ਜੋ ਗਵਰਨਰ ਹੈ ਉਸ ਦੇ ਅਗੇਂਸਟ ਕੋਈ ਵੀ ਜੋ ਕੇਸ ਹੈ ਕਿਸੇ ਤਰ੍ਹਾਂ ਦਾ ਉਹ ਦਰਜ ਨਹੀਂ ਹੋ ਸਕਦਾ ਤਾਂ ਆਨਸਰ ਸੈਕੰਡ 3rd ਐਂਡ 4th ਦੇਖਦੇ ਹਾਂ ਜੀ ਹਾਂਜੀ ਬਿਲਕੁਲ ਠੀਕ ਹੈ B ਇਸ ਦਾ ਕਰੈਕਟ ਆਨਸਰ ਹੈ ਠੀਕ ਹੈ ਤਾਂ ਗਵਰਨਰ ਬਾਰੇ ਪ੍ਰੈਜ਼ੀਡੈਂਟ ਬਾਰੇ ਕਾਫੀ ਚੀਜ਼ਾਂ ਸੇਮ ਵੀ ਨੇ ਠੀਕ ਹੈ ਜੇ ਤੁਸੀਂ ਇੱਕ ਵੀ ਆਰਾਮ ਨਾਲ ਕਰ ਲਓ ਤਾਂ ਦੂਜੀ ਬਹੁਤ ਈਜ਼ੀਲੀ ਤੁਸੀਂ ਉਸ ਨੂੰ ਅੰਡਰਸਟੈਂਡ ਕਰ ਸਕਦੇ ਹੋ ਠੀਕ ਹੈ ਬੱਚਿਓ ਵੈਸੇ ਤੁਹਾਨੂੰ ਦੱਸਦਾ ਇਹ ਸਾਰੇ ਟੌਪਿਕਸ ਤੇ ਜੋ ਸਾਡਾ ਚੈਨਲ ਹੈ ਸਕਸੈਸਰੀ ਪੰਜਾਬ ਬੜੀ ਜਲਦੀ ਹੈ ਵੀਡੀਓਜ਼ ਲੈ ਕੇ ਲੈ ਕੇ ਆਏਗਾ ਫਿਲਹਾਲ ਸਾਡਾ ਜੋ ਹਿਸਟਰੀ ਜੋ ਚੱਲ ਰਿਹਾ ਹੈ ਇਸ ਤੋਂ ਬਾਅਦ ਪੋਲੀਟੀ ਜੀਓਗ੍ਰਾਫੀ ਸਾਰੇ ਦੇ ਸਾਰੇ ਜੋ ਸਾਡਾ ਜੀਐਸ ਜੋ ਪਾਰਟ ਹੈ ਬਹੁਤ ਸੌਖੇ ਤਰੀਕੇ ਨਾਲ ਅਸੀਂ ਤੁਹਾਨੂੰ ਕਰਾਵਾਂਗੇ ਜੇ ਤੁਸੀਂ ਹਰ ਇੱਕ ਪਾਰਟ ਨੂੰ ਕਰਨਾ ਚਾਹੁੰਦੇ ਹੋ ਤਾਂ ਸਾਡੀਆਂ ਵੀਡੀਓਜ਼ ਨਾਲ ਤੁਸੀਂ ਜ਼ਰੂਰ ਜੁੜੋ ਠੀਕ ਹੈ ਫਿਰ ਅਗਲਾ ਜੋ ਪ੍ਰਸ਼ਨ ਹੈ ਉਹ ਹੈ ਜੀ 106 ਕੁਐਸਚਨ 106ਵਾਂ ਕੁਐਸਚਨ ਇਹ ਹੈ ਜੀ ਮਨੀ ਬਿਲ ਬਾਰੇ ਕੁਐਸਚਨ ਹੈ ਠੀਕ ਹੈ 왓 ਵਿਲ ਫਾਲੋ ਇਫ ਅ ਮਨੀ ਬਿਲ ਇਜ਼ ਸਸਟੈਂਸ਼ਲੀ ਅਮੈਂਡਡ ਬਾਏ ਦਾ ਰਾਜ ਸਭਾ ਜੇ ਰਾਜ ਸਭਾ ਨੂੰ ਅਮੈਂਡ ਕਰਨਾ ਚਾਹੁੰਦੀ ਹੈ ਤਾਂ ਕੀ ਫਾਲੋ ਕੀਤਾ ਜਾਵੇਗਾ ਵੈਸੇ ਮਨੀ ਬਿਲ ਹਮੇਸ਼ਾ ਲੋਕ ਸਭਾ ਦੇ ਵਿੱਚ ਹੀ ਇਨੀਸ਼ੀਏਟ ਕਰਾਇਆ ਜਾਂਦਾ ਹੈ ਐਂਡ ਰਾਜ ਸਭਾ ਦੇ ਵਿੱਚ ਉਹਦੀ ਕੋਈ ਪਾਵਰ ਨਹੀਂ ਹੁੰਦੀ ਉਸ ਨੂੰ ਬਦਲਣ ਦੀ ਕਿਸੇ ਵੀ ਤਰੀਕੇ ਨਾਲ ਤਾਂ ਬੱਚੋ ਇਹਦੇ ਵਿੱਚ ਅਸੀਂ ਜੇ ਦੇਖੀਏ ਲੋਕ ਸਭਾ ਮੀ ਸਟਿਲ ਪ੍ਰਸੀਡ ਵਿਦ ਦਾ ਬਿਲ ਅਕਸੈਪਟਿੰਗ অর ਨੋਟ ਅਕਸੈਪਟਿੰਗ ਦਾ ਰეკਮੈਂਡੇਸ਼ਨ ਆਫ ਰਾਜ ਸਭਾ ਬਿਲਕ ਲੋਕ ਸਭਾ ਦੇ ਵਿੱਚ ਉਹ ਜੋ ਬਿਲ ਹੈ ਉਹ ਪ੍ਰਸੀਡ ਹੋਏਗਾ ਰਾਜ ਸਭਾ ਦੀ ਕੋਈ ਉਸ ਦੇ ਵਿੱਚ ਤਾਕਤ ਨਹੀਂ ਹੈ ਠੀਕ ਹੈ ਕੈਨ ਨਾਟ ਕਨਸੀਡਰ ਦਾ ਬਿਲ ਫਰਦਰ ਠੀਕ ਹੈ ਹਾਂਜੀ ਨਹੀਂ 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 ਜੀ ਰਾਜ ਸਭਾ ਕੁਝ ਵੀ ਕਰੇ ਨਾ ਕਰੇ ਲੋਕ ਸਭਾ ਨੇ ਜੋ ਪਾਸ ਕਰ ਦਿੱਤਾ ਉਹੀ ਐਂਡ ਮੰਨਿਆ ਜਾਏਗਾ ਜੀ ਠੀਕ ਹੈ ਲੋਕ ਸਭਾ ਮੈਂ ਸੈਂਡ ਦਾ ਬਿਲ ਟੂ ਰਾਜ ਸਭਾ ਫੋਰ ਨਹੀਂ ਜੀ ਕੋਈ ਰੀਕਨਸੀਡਰੇਸ਼ਨ ਨਹੀਂ ਸਿਰਫ ਲੋਕ ਸਭਾ ਹੀ ਉਸ ਦੇ ਉੱਪਰ ਅੰਤਿਮ ਫੈਸਲਾ ਲਏਗੀ ਪ੍ਰੈਜ਼ੀਡੈਂਟ ਮੇਕ ਕੋਇਲ ਨਹੀਂ ਕੋਈ ਜੁਆਇੰਟ ਸੈਸ਼ਨ ਵੀ ਇੱਥੇ ਨਹੀਂ ਹੋਏਗਾ ਸਾਡਾ ਪਹਿਲਾ ਕੁਐਸਚਨ ਠੀਕ ਹੈ ਮਨੀ ਬਿਲ ਲਈ ਜੋ ਸਭ ਤੋਂ ਜ਼ਿਆਦਾ ਪਾਵਰ ਹੈ ਉਹ ਸਿਰਫ ਤੇ ਸਿਰਫ ਸਾਡੇ लोकसभा ਕੋਲ ਹੀ ਹੈ ਜੇ ਉਸਨੇ ਉਹ ਪਾਸ ਕਰ ਦਿੱਤਾ ਠੀਕ ਹੈ ਤਾਂ ਉਸ ਤੋਂ ਅੱਗੇ ਰਾਜ ਸਭਾ ਕੋਲ ਕੋਈ ਪਾਵਰ ਨਹੀਂ ਹੈ ਮਨੀ ਬਿਲ ਦਾ ਇੱਕ ਐਗਜ਼ਾਮਪਲ ਹੈ ਸਾਡਾ ਜੋ ਬਜਟ ਹੈ ਜੋ ਸਾਡਾ ਐਨੂਅਲ ਫਾਈਨੈਂਸ਼ੀਅਲ ਬਜਟ ਹੈ ਇਸ ਦਾ ਐਗਜ਼ਾਮਪਲ ਹੈ ਠੀਕ ਹੈ ਫਿਰ ਇਸ ਦਾ ਬੱਚੋ ਬਹੁਤ ਵਾਰ ਹੈ ਆਰਟੀਕਲ ਵੀ ਪੁੱਛਿਆ ਜਾਂਦਾ ਹੈ ਕਿਹੜਾ ਆਰਟੀਕਲ ਦੇ ਅੰਡਰ ਇਸ ਨੂੰ ਐਕਸਪਲੇਨ ਕੀਤਾ ਜਾਂਦਾ ਹੈ ਆਰਟੀਕਲ 213 ਹੈ ਠੀਕ ਹੈ ਜੋ ਇਸ ਦੇ ਅੰਡਰ ਹੈ ਜੋ ਸਾਡਾ ਜੋ ਬਜਟ ਹੈ ਪੇਸ਼ ਕਰਿਆ ਜਾਂਦਾ ਠੀਕ ਹੈ 200 दो सौ बारह या कुछ दो सौ तेरह है या फिर एक सौ तेई है कुछ इस तरह का है मैं एग्जैक्ट मेरे याद नहीं है तुम तो देख सद इस ठीक है फिर अगला प्रश्न देखते देख दे हाँ ठीक है अगला जो क्वेश्चन है बच्चों है द प्रोसैस ऑफ रिमूवल ऑफ जजस ऑफ ए हाई कोर्ट इन इंडिया इज सेम दैट ऑफ ए रिमूवल ऑफ ए जज ऑफ सुप्रीम कोर्ट ठीक है तो इस दस्या है कि हाई कोर्ट के सुप्रम कोर्ट के जजस का जो रिमूवल है बिल्कुल सेम टू सेम है ठीक है दूजा आफ्टर रिटायरमेंट ऑफ ऑफिस अपने ऑफिस तो रिटायरमेंट तो बाद ਜੋ ਪਰਮਨੈਂਟ ਜਜੇਸ ਨੇ ਠੀਕ ਹੈ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਪੋਜੀਸ਼ਨ ਹੈ ਭਾਰਤ ਸਰਕਾਰ ਅੰਡਰ ਨਹੀਂ ਉਸ ਨੂੰ ਗ੍ਰਹਿਣ ਕਰ ਸਕਦੇ ਠੀਕ ਹੈ ਇਹਨਾਂ ਦੇ ਵਿੱਚੋਂ ਕਰੈਕਟ ਕੀ ਹੈ ਇਹਨਾਂ ਦੇ ਵਿੱਚੋਂ ਜੋ ਕਰੈਕਟ ਹੈ ਬੱਚੋ ਉਹ ਹੈ ਸਾਡਾ ਜਿਵੇਂ ਗੱਲ ਕਰਾਂ ਹਾਂਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਇਹ ਓਨਲੀ ਵਨ ਠੀਕ ਹੈ ਇਹ ਗਲਤ ਹੈ ਠੀਕ ਹੈ ਕੈਨ ਨਾਟ ਪਲੀਡ অর ਐਕਟ ਇਨ ਐਨੀ ਕੋਰਟ অর ਬਿਫੋਰ ਐਨੀ ਅਥਾਰਟੀ ਆਫ ਇੰਡੀਆ ਠੀਕ ਹੈ ਤਾਂ ਜੀ ਬੱਚੋ ਇਹ ਆਰ ਕਰੈਕਟ ਸਿਰਫ ਪਹਿਲੀ ਆਪਸ਼ਨ ਠੀਕ ਹੈ ਇਹ ਗਲਤ ਹੈ ਜੀ ਠੀਕ ਹੈ ਉਹ ਕਰ ਸਕਦੇ ਨਹੀਂ ਜੇ ਗਵਰਨਮੈਂਟ ਚਾਹੇ ਫੇਰ ਕਰ ਸਕਦੇ ਨੇ ਲੇਕਿਨ ਜੋ ਪ੍ਰੋਸੈਸ ਹੈ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜਜਜਸ ਦੀ ਉਹਨਾਂ ਦੀ ਜੋ ਰਿਮੂਵਲ ਹੈ ਠੀਕ ਹੈ ਉਹ ਬਿਲਕੁਲ ਸੇਮ ਟੂ ਸੇਮ ਰਹੇਗੀ ਠੀਕ ਹੈ ਭਾਵੇਂ ਵੀ ਕਿ ਲੰਬਾ ਪ੍ਰੋਸੀਜਰ ਹੈ ਜੇ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਰਿਮੂਵਲ ਹੁੰਦਾ ਹੈ ਠੀਕ ਹੈ ਤਾਂ ਉਸ ਦੇ ਵਿੱਚ ਅਟ ਲੀਸਟ 100 ਮੈਂਬਰਸ ਦੀ ਮਨਜ਼ੂਰੀ ਜ਼ਰੂਰੀ ਹੈ ਇਹ ਜੇ ਰਾਜ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਬਿਲ ਆਉਂਦਾ ਹੈ ਤਾਂ ਉਹਦੇ ਲਈ 50 ਮੈਂਬਰਸ ਦੀ ਮਨਜ਼ੂਰੀ ਜ਼ਰੂਰੀ ਹੈ ਤਾਂ ਯੂ نو ਅਲੱਗ-ਅਲੱਗ ਪ੍ਰੋਸੀਜਰਸ ਨੇ ਜੀ ਲੋਕ ਸਭਾ ਰਾਜ ਸਭਾ ਦੇ ਵਿੱਚ ਜਿੱਥੇ ਵੀ ਇਨੀਸ਼ੀਏਟ ਹੁੰਦਾ ਡਿਪੈਂਡ ਉਸ ਤੇ ਕਰਦਾ ਹੈ ਠੀਕ ਹੈ ਤਾਂ ਇਹ ਇਸ ਦਾ ਕਰੈਕਟ ਆਨਸਰ ਹੈ ਫਿਰ ਉਸ ਤੋਂ ਬਾਅਦ ਹੈ ਜੀ ਪੀਆਈਐਲ ਨਾਲ ਜੁੜਿਆ ਕੁਐਸਚਨ ਹੈ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਜੇ ਲੋਕਾਂ ਦੇ ਹਿੱਤਾਂ ਲਈ ਕੋਈ ਵੀ ਇਨਸਾਨ ਜਾ ਕੇ ਠੀਕ ਹੈ ਕੋਈ ਵੀ ਜੋ ਜਨ ਯਾਚਕ ਜੋ ਯਾਚਿਕਾ ਹੈ ਪਾ ਸਕਦਾ ਹੈ ਪੀ ਆਈ ਐਲ ਬੋਲਦੇ ਨੇ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਇਸ ਕਿਹੜੇ ਜੋ ਚੀਫ ਜਸਟਿਸ ਸਾਹਿਬ ਨੇ ਇਸ ਨੂੰ ਇੰਟਰੋਡਿਊਸ ਕੀਤਾ ਸੀ ਜੀ ਬੜਾ ਮਸ਼ਹੂਰ ਕੁਐਸਚਨ ਹੈ ਜੀ ਪੀ ਐਨ ਭਗਵਤੀ ਜੀ ਨੇ ਇਸ ਨੂੰ ਇੰਟਰੋਡਿਊਸ ਕੀਤਾ ਸੀ ਪੀ ਆਈ ਐਲਓ ਪਬਲਿਕ ਇੰਟਰਸਟ ਰਿਟਿਗੇਸ਼ਨ ਠੀਕ ਹੈ ਫਿਰ ਉਸ ਤੋਂ ਬਾਅਦ ਨੈਕਸਟ ਜੋ ਕੁਐਸਚਨ ਹੈ ਉਹ ਹੈ 109 ਇਹਦੇ ਵਿੱਚ ਹੈ ਕਿ ਜੋ ਡਿਜੀਟਲ ਲੋਕਰ ਕਿਆ ਹੈ ਇਟ ਇਜ਼ ਅ ਲੋਕਰ ਸਿਸਟਮ ऑफ़र्ड बाय गवर्नमेंट अंडर डिजिटल इंडिया प्रोग्राम वेरी गुड करेक्ट है जी डिजिटल इंडिया प्रोग्राम ਦਾ ਇੱਕ ਹਿੱਸਾ ਹੈ ਜਿਦੇ ਵਿੱਚ ਸਾਡੇ ਜਿੰਨੇ ਵੀ ਡਾਕੂਮੈਂਟਸ ਨੇ ਉਹਨਾਂ ਨੂੰ ਈ ਡਾਕੂਮੈਂਟ ਬਣਾ ਕੇ ਉੱਥੇ ਰੱਖਿਆ ਜਾਏਗਾ ਠੀਕ ਹੈ ਚਾਹੇ ਸਾਡਾ ਆਧਾਰ ਕਾਰਡ ਹੋਵੇ ਚਾਹੇ ਸਾਡੇ ਸਰਟੀਫਿਕੇਟਸ ਹੋਣ ਚਾਹੇ ਪੈਨ ਕਾਰਡ ਹੋਵੇ ਹਰ ਇੱਕ ਚੀਜ਼ ਨੂੰ ਯੂ نو ਇਲੈਕਟ੍ਰੋਨਿਕਲੀ ਯੂ نو ਸੌਫਟ ਫਾਰਮ ਦੇ ਵਿੱਚ ਰੱਖਿਆ ਜਾਏਗਾ ਤਾਂ ਇਹਦਾ ਜੋ ਆਨਸਰ ਹੈ ਸੀ ਹੈ ਜੀ ਬੋਥ 1 ਐਂਡ 2 ਆਰ கரੈਕਟ ਬਿਲਕੁਲ ਠੀਕ ਹੈ ਠੀਕ ਹੈ ਦੋਨੋਂ ਜੋ ਇਹਦੇ ਆਨਸਰਸ ਨੇ ਠੀਕ ਹੈ ਫਿਰ ਉਸ ਤੋਂ ਬਾਅਦ ਅਸੀਂ ਜੇ ਗੱਲ ਕਰੀਏ 110ਵੇਂ ਕੁਐਸਚਨ ਦੀ ਠੀਕ ਹੈ ਕਿ ਇਸ ਦੇ ਵਿੱਚ ਹੈ ਜੋ ਦੱਸਿਆ ਗਿਆ ਹੈ ਜੀ ਕਿ ਇਹਨਾਂ ਦੇ ਵਿੱਚੋਂ ਕਰੈਕਟਲੀ ਮੈਚਡ ਕਿਹੜਾ ਹੈ ਸ਼ੇਅਰ ਮਾਰਕੀਟਸ ਦੀ ਗੱਲ ਕੀਤੀ ਹੈ ਜਪਾਨ ਦੀ ਨਿਕਈ ਹੈ ਬਿਲਕੁਲ ਠੀਕ ਸਿੰਗਾਪੁਰ ਦਾ ਐਸ ਐਚ ਕੌਮਪ ਹੈ ਇਹ ਗਲਤ ਹੈ ਜੀ ਠੀਕ ਹੈ ਸਿੰਗਾਪੁਰ ਦੀ ਜੋ ਸ਼ੇਅਰ ਮਾਰਕੀਟ ਹੈ ਉਸ ਦਾ ਨਾਮ ਹੈ ਐਸ ਜੀ ਐਕਸ ਯੂਕੇ ਐਫ ਐਟ ਸੀ ਐਫਟੀ ਐਸ ਸੀ ਐਂਡ ਯੂ ਐਸ اے ਨੈਸਟ ਠੀਕ ਹੈ ਜਿਵੇਂ ਇੰਡੀਆ ਦੇ ਵਿੱਚ ਹੈ ਐਨ ਐਸ ਸੀ ਹੈ ਬੀ ਐਸ ਸੀ ਹੈ ਠੀਕ ਹੈ ਆਪਣੀ ਜੋ ਸ਼ੇਅਰ ਮਾਰਕੀਟਸ ਨੇ ਤਾਂ ਜੋ ਇਸ ਦਾ ਸਹੀ ਜੋ ਬਿਲਕੁਲ ਅਨਕਰੈਕਟ ਮੈਚਡ ਹੈ ਜੀ ਉਹ ਹੈ ਸਿੰਗਾਪੁਰ ਠੀਕ ਹੈ बाकी सारिया ठीक ने ठीक है जो आंसर इज बी हाँ जी फिर उस हाँ तो जी अगला जो क्वेश्चन है साढ़ा एक सौ ग्यारह ठीक है एक सौ ग्यारह जो क्वेश्चन है ठीक है फिर इसे देखिए क्रैक्ट चूज द कोड फॉर द करैक्ट स्टेटमेंट द गवर्नमेंट रिसेंटली रिवाइज द बेस ईयर ठीक है फॉर द कंप्यूटिंग कंज्यूमर प्राइस इंडेक्स फॉर द इंडस्ट्रियल वर्कर फॉर टू थाउजेंड वन टू टू थाउजेंडीन ठीक है ਬੱਚੋ ਇਹਨਾਂ ਦਾ ਜੋ ਸੀਪੀਆਈ ਹੈ ਠੀਕ ਹੈ ਜੋ ਕਿਨਾਂ ਦਾ ਸੀਪੀਆਈ ਜੋ ਇੰਡਸਟਰੀਅਲ ਵਰਕਰਸ ਨੇ ਠੀਕ ਹੈ ਸੀਪੀਆਈ ਦਾ ਮਤਲਬ ਹੁੰਦਾ ਹੈ ਠੀਕ ਹੈ ਕੰਜ਼ਿਊਮਰ ਪ੍ਰਾਈਸ ਇੰਡੈਕਸ ਠੀਕ ਹੈ ਤਾਂ ਜੋ ਸੀਪੀਆਈ ਹੈ ਉਹਨਾਂ ਦਾ ਜੋ ਬੇਸイヤー ਹੈ ਠੀਕ ਹੈ ਕਿ ਉਹਨਾਂ ਦੀਆਂ ਜੋ ਤਨਖਾਹਾਂ ਹਨ ਠੀਕ ਹੈ ਉਹਨਾਂ ਦੇ ਵਿੱਚ ਜੋ ਮਹਿੰਗਾਈ ਜਿੰਨੀ ਵਧੀ ਹੈ ਉਸ ਦੇ ਅਕੋਰਡਿੰਗ ਉਹਨਾਂ ਦੇ ਭੱਤੇ ਉਹਨਾਂ ਦੀਆਂ ਤਨਖਾਹਾਂ ਵੀ ਵਧਣ ਠੀਕ ਹੈ ਤਾਂ ਉਸ ਨੂੰ ਜੋ ਹੁਣ ਅੰਗਲਨ ਕੀਤਾ ਜਾਏਗਾ ਬੀਅਸ ਈਅਰ ਪਹਿਲਾਂ 2001 ਸੀ ਹੁਣ 2016 ਤੋਂ ਕੀਤਾ ਜਾਏਗਾ ਠੀਕ ਹੈ ਪਹਿਲਾ ਇਹ ਇਹ ਪੁਆਇੰਟ ਹੈ ਦੂਸਰਾ ਪੁਆਇੰਟ ਹੈ ਜੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਇਜ਼ ਯੂਜ਼ਡ ਪ੍ਰਾਇਮਰਲੀ ਫॉर ਮੀਰਿੰਗ ਦਾ ਡੇਅਰਨੈਸ ਅਲਾਉਨਸਸ ਪੇਅਬਲ ਟੂ ਦਾ ਵਰਕਰਸ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਓਲਡੀ ਇਹ ਜੋ ਮੀਰ ਇਸ ਲਈ ਕਰਾਇਆ ਜਾਂਦਾ ਹੈ ਤਾਂ ਕਿ ਉਹਨਾਂ ਦਾ ਜੋ ਡੀਏ ਹੈ ਜੋ ਉਹਨਾਂ ਦੇ ਪੱਤੇ ਨੇ ਉਹਨਾਂ ਦੀ ਬੀਅਰਮੈਂਟ ਕੀਤੀ ਜਾ ਸਕੇ ਜਿੰਨੀ ਮਹਿੰਗਾਈ ਵਧੀ ਹੈ ਨਾ ਨਾ ਠੀਕ ਹੈ ਤਾਂ ਇਹ ਦੋਨੋਂ ਹੀ ਜੋ ਆਪਸ਼ਨਸ ਠੀਕ ਨਹੀਂ ਸਾਡਾ ਜੋ ਆਨਸਰ ਹੈ ਸੀ ਹੈ ਠੀਕ ਹੈ ਤਾਂ ਜੋ ਬੇਸイヤー ਹੈ ਇੰਡਸਟਰੀਅਲ ਵਰਕਰਸ ਦਾ ਉਹ 2016 ਹੈ ਐਂਡ ਇਸ ਨੂੰ ਯੂਜ਼ ਕਰਿਆ ਜਾਂਦਾ ਹੈ ਤਾਂ ਕਿ ਉਹਨਾਂ ਦੇ ਜੋ ਡੀਏ ਹੈ ਉਸ ਨੂੰ ਪ੍ਰੋਪਰ ਮਾਤਰਾ ਦੇ ਵਿੱਚ ਵਧਾਇਆ ਜਾ ਸਕੇ ਜਿੰਨੀ ਮਹਿੰਗਾਈ ਵਧੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਬੱਚੋ ਕਿ ਇਹਨਾਂ ਦੇ ਵਿੱਚੋਂ ਕਿਹੜਾ ਕੰਟਰੀ ਹੈ ਜਿਸ ਨੇ ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਹੈ ਆਪਣੇ ਜੋ 30 ਸਾਲ ਤੋਂ ਬਾਅਦ ਹੈ ਆਪਣੇ ਜੋ जो अंदर जो लड़ाई सी ठीक है उसनों अपने जो बॉर्डर डिस्प्यूट से ठीक है उन्होंने खत्म करने उन्होंने हम जो अपनी जो मीटिंग्स ने जो जो टॉक है उसनों शुरू किया है लॉन्च किया है ठीक है तो बच्चों इधर जो सही आंसर है दैट इज इजराइल एंड लैबन बी ऑप्शन है ठीक है तो तीस साल पुरानी जो लड़ाई है ये खत्म करने इन्होंने जो टॉक्स ने शुरु उन्होंने शुरुआत की है फिर अगला जो क्वेश्चन है रिसेंटली uh, इन न्यूज खोलों चू हाइड्रो इलेक्ट्रिक प्रोजेक्ट ठीक है खोलोंग चू हाइड्रो इलेक्ट्रिक प्रोजेक्ट है इसकी कंस्ट्रक्शन है 부탄 ਦੇ ਵਿੱਚ ਇਸ ਦੀ ਜੋ ਸ਼ੁਰੂਆਤ ਹੋਈ ਹੈ ਠੀਕ ਹੈ 부탄 ਜੋ ਹੈ ਠੀਕ ਹੈ ਬੱਚੋ ਬਹੁਤ ਹੀ ਇੱਕ ਤੁਸੀਂ ਕਹਿ ਸਕਦੇ ਹੋ ਗ੍ਰੀਨ ਕੰਟਰੀ ਹੈ ਠੀਕ ਹੈ ਤਾਂ ਪਰਿਆਵਰਣ ਨਾਲ ਉੱਥੇ ਜੋ ਛੇੜਛਾੜ ਹੈ ਉਹ ਉਸ ਦੇ ਉੱਪਰ ਬਹੁਤ ਸਾਰੇ ਕਾਨੂੰਨ ਬਣੇ ਹੋਏ ਨੇ ਠੀਕ ਹੈ ਤਾਂ ਉੱਥੇ ਇਹ ਜੋ ਪ੍ਰੋਜੈਕਟ ਹੈ ਗਵਰਨਮੈਂਟ ਆਫ ਇੰਡੀਆ ਦੇ ਵੀ ਬਹੁਤ ਸਾਰੇ ਪ੍ਰੋਜੈਕਟਸ ਨੇ ਜੋ ਉੱਥੇ ਅਸੀਂ ਲਗਾ ਰੱਖੇ ਨੇ ਐਂਡ ਖੋਲੂੰਗੂ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਹੈ ਇਹ ਰੀਸੈਂਟਲੀ ਉੱਥੇ ਲੱਗਿਆ ਸੀ ਇਸ ਕਰਕੇ ਨਿਊਜ਼ ਦੇ ਵਿੱਚ ਸੀ ਠੀਕ ਹੈ ਹਾਂਜੀ ਫਿਰ ਅੱਗੇ जो टीबी है टीबी हारेगा देश जीतेगा ठीक है जीरो टीबी जो मरीज है भारत गवर्नमेंट ने इसकी जो डेडलाइन की रखी है जी दो हजार पच्ची ठीक है दो हज़ार पच्ची तक है अभी जो इस बिल्कुल पूरी तरह खत्म कर देना है नैक्सट क्वेश्चन है सा एक सौ पंद्रवा क्वेश्चन जी ठीक है एक सौ पंद्रव कोशन क्या है अः इस क्वेश्चन देख लें हैं जी ठीक है ਇਸ ਦੇ ਵਿੱਚ ਮੈਚ ਦਾ ਫਾਲੋਇੰਗ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਠੀਕ ਹੈ ਜੀ ਠੀਕ ਹੈ ਤਾਂ ਜੀ ਕੇ ਮੈਨਨ ਜਰਨਲਿਸਟ ਬਿਲਕੁਲ ਠੀਕ ਹੈ ਜੀ ਜਰਨਲਿਸਟ ਨੇ ਬਹੁਤ ਮਸ਼ਹੂਰ ਰੀਸੈਂਟਲੀ ਡੈਥ ਹੋਈ ਹੈ ਰਾਹੁਤਿੰਦੋਰੀ ਵੋਇਟ ਨੇ ਸੀਐਸ ਸ਼ਾਦਰੀ ਮੈਥਮੈਟੀਸ਼ੀਅਨ ਐਂਡ ਗੀਤਾ ਰਣਜੀਵ ਵਾਇਰਲੋਜਿਸਟ ਜੋ ਵਾਇਰਸ ਦੇ ਉੱਪਰ ਜੋ ਰਿਸਰਚ ਕਰਦੇ ਨੇ ਉਹਨਾਂ ਨੂੰ ਵਾਇਰਲੋਜਿਸਟ ਬੋਲਦੇ ਨੇ ਤਾਂ ਚਾਰੋਂ ਠੀਕ ਨੇ ਜੀ ਠੀਕ ਹੈ ਤਾਂ ਅਸੀਂ ਦੇਖੀਏ ਸੀ ਇਸ ਦਾ ਕਰੈਕਟ ਆਨਸਰ ਠੀਕ ਹੈ ਤਾਂ ਚਾਰੋਂ ਅਲੱਗ-ਅਲੱਗ ਪਰਸਨੈਲਿਟੀ ਨਾਲ ਜੁੜੇ ਹੋਏ ਨੇ ਇਸ ਤਰ੍ਹਾਂ ਦੇ ਜੋ ਕੁਐਸਚਨਸ ਨੂੰ ਸਹੀ ਅ ਦੇਖਣ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਨਿਊਜ਼ਪੇਪਰ ਲਗਾਤਾਰ ਅਸੀਂ ਪੜ੍ਹਦੇ ਰਹੀਏ ਬੱਚੇ ਠੀਕ ਹੈ ਫਿਰ ਅਗਲਾ ਜੋ ਕੁਐਸਚਨ ਹੈ 116ਵਾਂ ਜੋ ਕੁਐਸਚਨ ਹੈ ਹੈ ਕਿ ਰੀਸੈਂਟਲੀ ਜੋ ਗਲੋਬਲ ਇਨੋਵੇਟਿਵ ਪਾਲਿਸੀ ਸੈਂਟਰਸ ਇੰਟੈਲੈਕਚੁਅਲ ਪ੍ਰੋਪਰਟੀ ਇੰਡੈਕਸ ਦੇ ਵਿੱਚ ਠੀਕ ਹੈ ਜੋ ਨੰਬਰ 1 ਜੋ ਕੰਟਰੀ ਹੈ ਕਿਹੜਾ ਆਇਆ ਠੀਕ ਹੈ ਇਸ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਜੋ ਇਨੋਵੇਸ਼ਨਸ ਲਈ ਜੋ ਪਲੇਟਫਾਰਮ ਤਿਆਰ ਕਰਦਾ ਹੈ ਉਹ ਯੂਐਸਏ ਕਰਦਾ ਹੈ ਠੀਕ ਹੈ ਤਾਂ ਇਸ ਤਰ੍ਹਾਂ ਦੇ ਜੋ ਜਿੰਨੇ ਵੀ ਇੰਡੈਕਸਸ ਨੇ ਇਕਨੋਮਿਕ ਫਰੀडम ਦੇ ਪ੍ਰੈਸ ਫ੍ਰੀडम ਦੇ گلوبਲ ਟੈਰਰਿਜ਼ਮ ਇੰਡੈਕਸ ਠੀਕ ਹੈ ਤਾਂ ਸਾਰੇ ਸਾਰੇ ਇੰਡੈਕਸਸ ਨੇ ਸਾਨੂੰ ਯਾਦ ਰੱਖਣੇ ਪੈਣਗੇ ਐਂਡ ਉਹਨਾਂ ਦੇ ਵਿੱਚ ਉਹ ਇੰਡੀਆ ਦੀ ਪੋਜੀਸ਼ਨ ਐਂਡ ਹੂ स्टूड ਫਰਸਟ ਇਹ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ ਐਂਡ ਉਹ ਇੰਡੈਕਸਸ ਨੂੰ ਯੂ ਨੋ ਜੋ ਲੈ ਕੇ ਕਿਹੜੀ ਆਰਗੇਨਾਈਜੇਸ਼ਨ ਰਹੀ ਹੈ ਉਹ ਵੀ ਸਾਡੇ ਲਈ ਹਮੇਸ਼ਾ ਇੰਪੋਰਟੈਂਟ ਰਹਦੀ ਹੈ ਠੀਕ ਹੈ ਬੱਚੋ ਨੈਕਸਟ ਜੋ ਕੁਐਸਚਨ ਹੈ ਠੀਕ ਹੈ ਨੈਕਸਟ ਇਜ਼ 117 ਕੁਐਸਚਨ 100 ਜੋ 17ਵਾਂ ਹੈ ਦਾ ইপিএফ ਉਹ ਤੋਂ ਜੁੜੇ ਹੈ ਇਟ ਵਰਕਸ ਅੰਡਰ ਮਿਨਿਸਟਰੀ ਆਫ ਲੇਬਰ ਐਂਡ EMPLOYMENT ਠੀਕ ਹੈ ਬਿਲਕੁਲ ਠੀ एंड इसका जो इंट्रस्ट रेट है ई पी एफ ओ ने बढ़ा के इना करता सी जी जो इंट्रस्ट रेट है वो ई पी एफ ओ नहीं ठीक है वो जो गवर्नमेंट है जो आर बी आई है वो डिसाइड करता है जी ठीक है तो इसका जो सिर्फ तो सिर्फ पहला ऑप्शन ठीक है इस क्वेश्चन का जी ठीक है तो बच्चों इस तरह का मैं फिर कह ठीक है जो साडा न्यूज पेपर ने तुम जो लगातार पढ़ते हो तो इस तरह के क्वेश्चन ईजीली हो सकते हैं ठीक है फिर उस तो बाद जो नैक्सट जो क्वेश्चन है वह है द जेंडर सोशल नॉर्मस इंडैक्स जो इंडैक्स है जो जो जेंडर ਬੇਸਡ ਹੈ ਜੈਂਡਰ ਸੋਸ਼ਲ ਨorms ਵੇਸਡ ਹੈ ਇਸ ਨੂੰ ਜੋ ਲਾਂਚ ਕਰਦਾ ਹੈ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਠੀਕ ਹੈ UNDP ਇਸ ਨੂੰ ਮੈਂ ਲਿਖ ਦੇਣਾ ਜੀ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਨਾਮ ਦੀ ਜੋ ਸੰਸਥਾ ਹੈ ਠੀਕ ਹੈ UN ਅੰਡਰ ਇਹ ਕੰਮ ਕਰਦੀ ਹੈ ਉਹ ਇਸ ਨੂੰ ਲਾਂਚ ਕਰਦੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਨੈਕਸਟ ਸਵਸਥਯ ਵాయు ਕਿਆ ਹੈ ਜੀ ਬੱਚੋ ਕੋਰੋਨਾ ਦੇ ਦੌਰਾਨ ਠੀਕ ਹੈ ਇਹ ਇੱਕ ਇਕਵਿਪਮੈਂਟ ਬਣਾਇਆ ਗਿਆ ਸੀ ਸਵਸਥਯ ਵాయు ਜੋ ਬਾਡੀ ਨੂੰ ਬਾਹਰ ਤੋਂ ਹੀ ਲਗਾਇਆ ਜਾਂਦਾ ਹੈ ਅੰਦਰ ਲਗਾਉਣ ਦੀ ਜ਼ਰੂਰਤ ਨਹੀਂ ਜਿਸ ਨਾਲ ਜੋ ਤੁਹਾਨੂੰ ਸਾਹ ਆਉਣ ਦੇ ਵਿੱਚ ਜੋ ਤਕਲੀਫ ਹੈ ਠੀਕ ਹੈ ਉਸ ਨੂੰ ਯੂ ਨੋ ਖਤਮ ਕੀਤਾ ਜਾ ਸਕਦਾ ਹੈ ਠੀਕ ਹੈ ਤਾਂ ਅਸੀਂ ਦੇਖਦੇ ਹਾਂ ਜੀ 에ਅਰ ਕੁਆਲਿਟੀ ਇੰਡੈਕਸ ਹੈ ਨਹੀਂ ਜੀ ਇਹ ਕੈਂਪੇਨ ਹੈ ਜੀ ਪੰਜਾਬ ਦੇ ਵਿੱਚ ਨਹੀਂ ਨੋਨ ਇਨਵੇਸਿਵ ਦਾ ਮਤਲਬ ਹੈ ਜੋ ਬਾਡੀ ਦੇ ਅੰਦਰ ਨਹੀਂ ਜਾਂਦਾ ਵੈਂਟੀਲੇਟਰ ਹੈ ਟੂ ਟ੍ਰੀਟ ਕੋਵਿਡ 19 ਪੇਸ਼ੈਂਟ ਸੀ ਇਹ ਦਾ ਬਿਲਕੁਲ ਸਹੀ ਆਨਸਰ ਹੈ ਫਿਰ ਮੈਂ ਕਹਾਂਗਾ ਜੀ ਨਿਊਜ਼ਪੇਪਰ ਬਹੁਤ ਜ਼ਰੂਰੀ ਹੈ ਨਿਊਜ਼ਪੇਪਰ ਦੇ ਵਿੱਚੋਂ ਕਾਫੀ ਜੋ ਪੇਪਰ ਹੈ ਇਹ ਜੋ ਆਇਆ ਹੋਇਆ ਠੀਕ ਹੈ ਫਿਰ ਉਸ ਤੋਂ ਬਾਅਦ ਜੋ ਸਾਡਾ ਜੋ ਕੁਐਸਚਨ ਹੈ ਜੀ 120th ਠੀਕ ਹੈ ਇਹ ਸਾਡੀ ਨੈਸ਼ਨਲ এডੂਕੇਸ਼ਨ ਪਾਲਿਸੀ ਨਾਲ ਜੁੜਿਆ ਹੋਇਆ ਹੈ ਜੀ ਠੀਕ ਹੈ ਤਾਂ ਨੈਸ਼ਨਲ এডੂਕੇਸ਼ਨ ਪਾਲਿਸੀ ਬਾਰੇ ਜੋ ਦੱਸਣਾ ਹੈ ਇਹਨਾਂ ਦੇ ਵਿੱਚੋਂ ਕੀ ਠੀਕ ਹੈ ਨੈਸ਼ਨਲ এডੂਕੇਸ਼ਨ ਪਾਲਿਸੀ ਇਸ ਫਾਰਮੂਲੇਟਡ ਔਨ ਦਾ ਬੇਸਿਸ ਆਫ ਕੇ ਕਸਤੂਰੀ ਰੰਗਨ ਕਮੇਟੀ ਬਿਲਕੁਲ ਠੀਕ ਜੀ ਠੀਕ ਹੈ ਇਹ ਐਡਵੋਕੇਟ ਕਰਦੀ ਹੈ ਕਿ ਮਦਰ ਟੰਗ ਤੋਂ ਇਲਾਵਾ ਠੀਕ ਹੈ ਤੁਸੀਂ ਮੀਡੀਅਮ ਆਫ ਇਨਸਟ੍ਰਕਸ਼ਨ ਐਟ ਲੀਸਟ ਹਾਂਜੀ ਤੁਸੀਂ ਆਪਣੀ ਮਦਰ ਟੰਗ ਦੇ ਵਿੱਚ ਐਟ ਲੀਸਟ ਪੰਜਵੀਂ ਤੱਕ ਹੈ ਠੀਕ ਹੈ ਪੜ ਸਕਦੇ ਹੋ ਜੀ ਉਸ ਨੂੰ ਇਹ ਐਡਵੋਕੇਟ ਕਰਦੀ ਹੈ ਤੀਸਰਾ ਜੋ অপਸ਼ਨ ਹੈ ਪ੍ਰੋਵਾਈਡ ਫੋਰ ਸੈਟਿੰਗ ਆਫ ਅ ਜੈਂਡਰ ਇਨਕਲੂਸਿਵ ਫੰਡ ਐਂਡ ਸਪੈਸ਼ਲ ਐਜੂਕੇਸ਼ਨ ਜ਼ੋਨ ਫੋਰ ਡਿਸਐਡਵਾਂਟੇਜ ਰੀਜਨ ਐਂਡ ਗਰੁੱਪਸ ਹਾਂਜੀ ਇਹ ਕੁਝ ਇਹਨਾਂ ਨੇ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ ਕੁਝ ਫੰਡਸ ਕ੍ਰੀਏਟ ਕੀਤੇ ਨੇ ਜੈਂਡਰ ਇਨਕਲੂਸਿਵ ਫੰਡ ਐਂਡ ਸਪੈਸ਼ਲ ਐਜੂਕੇਸ਼ਨ ਜ਼ੋਨ ਐਂਡ ਡਿਸ ਜਿੱਥੇ ਜੋ ਵਿਦਿਆ ਦਾ ਸਤਰ ਬਹੁਤ ਨੀਚੇ ਹੈ ਬਹੁਤ ਘੱਟ ਲੋਕ ਪੜ੍ਹੇ ਲਿਖੇ ਨੇ ਉਹ ਉਸ ਏਰੀਆਜ਼ ਲਈ ਇੱਕ ਸਪੈਸ਼ਲ ਜੋ ਫੰਡ ਵੀ ਕ੍ਰੀਏਟ ਕਰਿਆ ਜਾਏਗਾ ਜਿਹਦਾ ਨਾਮ ਰੱਖਿਆ ਜਾਏਗਾ ਜੈਂਡਰ ਇਨਕਲੂਸਿਵ ਫੰਡ ਫਿਰ ਫੋਰਥ ਇਟ ਏਮਸ ਟੂ ਇਨਕਰੀਸ ग्रोस इनरोलमेंट रेशो इन हायर एजुकेशन टू सिक्स फाइव परसेंट बाई ट्वेंटी थर्टी ठीक है और फिफ्थ जो इन्होंने दस्या है हायर एजुकेशन कमीशन ऑफ इंडिया टू भी सैटअप फॉर मेडिकल एंड लीगल एजुकेशन जी ठीक है तो बच्चों यदि जी मैं गल करा ठीक है जो आ, इस जो पहला बिल्कुल ठीक है सूरी नंगन कमेटी के अंडर ही आया ठीक है ग्रेड फाइव तक तो मदर टंग पढ़ सकते हो ठीक है जेंडर इनकलूजन फंड भी क्रिएट किया ठीक है थेके? लेकिन इस दू टारगेट नहीं है ठीक है हायर एजुकेशन वाला कि असी दो हज़ार ती तक पैंठ परसेंट लोग उने एंड जो फोर्थ है कोई इस तरह का कोई हायर एजुकेशन कमीशन भी अजे क्रिएट नहीं होया, अलग तो मैडिकल एंड लीगल एजुकेशन ली। तो फोर्थ एंड फिफ्थ गलत ने तो अं देखते हैं वन टू एंड थ्री जो ऑप्शन के सी इज़ द करैक्ट आंसर ठीक है तो पहलिया जो तीन जो ऑप्शनज ने ठीक है बिल्कुल ठीक ने ठीक है तो रीसेंटली आई सी सौ लगभग उन्नीस सौ छियासी तो बाद जो पॉलिसी आई है जो जिसे रिफॉर्म आए हैं काफ़ी कुछ नया से साढ़े ਠੀਕ ਹੈ ਤਾਂ ਬੱਚੋ ਇਹਦੇ ਵਿੱਚ ਸਾਡੀ ਜੋ ਐਚ ਆਰਡੀ ਮਿਨਿਸਟਰੀ ਦਾ ਨਾਮ ਵੀ ਚੇਂਜ ਕਰਕੇ ਐਜੂਕੇਸ਼ਨ ਮਿਨਿਸਟਰੀ ਰੱਖ ਦਿੱਤਾ ਗਿਆ ਜੀ ਐਂਡ ਇਹ ਤੋਂ ਇਲਾਵਾ ਬਹੁਤ ਸਾਰੀਆਂ ਨਵੀਆਂ-ਨਵੀਆਂ ਚੀਜ਼ਾਂ ਨੇ ਠੀਕ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਜੋ ਸਾਡਾ ਸਿਸਟਮ ਹੈ ਫਿਲਹਾਲ ਜੋ 10ਵੀਂ ਹੁੰਦੀ ਹੈ 12ਵੀਂ ਹੁੰਦੀ ਹੈ ਇਹ ਸਿਸਟਮ ਨੂੰ ਖਤਮ ਕਰਕੇ ਠੀਕ ਹੈ ਅਸੀਂ ਨਵੇਂ ਸਿਸਟਮਸ ਨੂੰ ਇਨਕਲੂਡ ਕਰ ਦਿੱਤਾ ਜਾਏਗਾ ਠੀਕ ਹੈ ਤਾਂ ਬੱਚੋ ਇਹ ਸਾਰਾ ਸਾਰਾ ਜੋ ਕੁਐਸਚਨ ਸੀ ਜੀ ਠੀਕ ਹੈ ਇਹ ਤੁਹਾਡੇ ਲਈ ਅਸੀਂ ਲੈ ਕੇ ਆਈ ਸੀ ਜੋ 6 ਦਸੰਬਰ ਨੂੰ ਜੋ ਪੇਪਰ ਹੋਇਆ ਸੀ ਬੀਪੀਈਓ ਦਾ ਠੀਕ ਹੈ ਐਂਡ ਇਹਨਾਂ ਸਾਰੇ ਕੁਐਸਚਨਸ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਵਿਦ ਐਕਸਪਲੇਨੇਸ਼ਨ ਠੀਕ ਹੈ ਸਾਰੇ ਕੁਐਸਚਨਸ ਨੂੰ ਤੁਹਾਨੂੰ ਦੱਸਿਆ ਹੈ ਐਂਡ ਇਹ ਕੁਐਸਚਨ ਜੇ ਅੱਗੇ ਤੁਹਾਨੂੰ ਕਿਸੇ ਵੀ ਪੇਪਰ ਦੇ ਵਿੱਚ ਆਉਂਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਇਹਨਾਂ ਨੂੰ ਭੁੱਲੋਗੇ ਠੀਕ ਹੈ ਤਾਂ ਸਾਡਾ ਜੋ ਚੈਨਲ ਹੈ ਸਕਸੈਸ ਟਰੀ ਇਸੇ ਤਰ੍ਹਾਂ ਦੀਆਂ ਜੋ ਵੀਡੀਓਜ਼ ਨੇ ਠੀਕ ਹੈ ਤੁਹਾਡੇ ਲਈ ਲੈ ਕੇ ਆਉਂਦਾ ਰਹੇਗਾ ਤੁਸੀਂ ਆਪਣਾ ਜੋ ਪਿਆਰ ਜੋ ਮਾਨਸਮਾਨ ਜਿਸ ਤਰ੍ਹਾਂ ਤੁਸੀਂ ਹਜੇ ਤੱਕ ਦਿੱਤਾ ਹੈ ਇਸੇ ਤਰ੍ਹਾਂ ਸਾਨੂੰ ਮਾਨਸਮਾਨ ਦਿੰਦੇ ਰਹੋ ਥੈਂਕ ਯੂ ਥੈਂਕ ਯੂ ਵੈਰੀ ਮੱਚ ਸਾਡੇ ਨਾਲ ਜੁੜਨ ਲਈ ਸਾਨੂੰ ਇਹਨਾਂ ਪਿਆਰ